ਗੁਰਦਾਸਪੁਰ ਵਾਲੀ ਜ਼ਿਮਨੀ ਚੋਣ 'ਚ ਕੀ ਹੋਣਾ? ਹਨੀਪ੍ਰੀਤ ਝੂਠ ਬੋਲਦੀ ਹੈ ਕਿ ਸੱਚ, ਲੰਗਾਹ ਹੋਰਾਂ ਨੂੰ ਪੰਥ 'ਚੋਂ ਛੇਕਣ ਦਾ ਲਾਭ ਹੈ ਕਿ ਹਾਨੀ? ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਸੇ ਸਵਾਲ ਨੇ ਜਿਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਲੱਭਦੇ ਹੋ, ਅਤੇ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ, ਜਿਸ ਪ੍ਰੋਗਰਾਮ ਨੂੰ ਲੈ ਕੇ ਅਸੀਂ ਲਾਈਵ ਹਾਜ਼ਰ ਹਾਂ ਜੀ। ਤੁਸੀਂ ਸਾਨੂੰ ਦੇਖ ਰਹੇ ਹੋ ਸਾਡੇ ਚੈਨਲ ਦੇ ਉੱਪਰ, ਨਾਲ ਦੀ ਨਾਲ ਅਸੀਂ ਲਾਈਵ ਹਾਂ ਆਪਣੇ ਫੇਸਬੁੱਕ ਪੇਜ ਦੇ ਉੱਪਰ ਵੀ। ਸੋ ਉੱਥੇ ਵੀ ਤੁਸੀਂ ਕਮੈਂਟ ਦੇ ਰੂਪ ਵਿੱਚ ਆਪਣਾ ਜਿਹੜਾ ਸਵਾਲ ਆ ਸਾਡੇ ਤੱਕ ਪਹੁੰਚਾ ਸਕਦੇ ਹੋ। ਟੀ ਵੀ ਸਕਰੀਨ ਦੇ ਜਿਹੜੇ ਦੋਨੋਂ ਨੰਬਰ ਨੇ ਉਹਨਾਂ ਦੇ ਜ਼ਰੀਏ ਵੀ ਤੁਹਾਡਾ ਰਾਬਤਾ ਸਾਡੇ ਨਾਲ ਹੋ ਸਕਦਾ ਹੈ। ਫਿਲਹਾਲ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਸਵਾਗਤ ਕਰਦਾ ਜੀ ਜਤਿੰਦਰ ਪੰਨੂ ਜੀ ਦਾ। ਆਪਾਂ ਨੂੰ ਸਭ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੁਸੀਂ ਜਿਹੜਾ ਇਹ ਸਮਾਂ ਇਸ ਪ੍ਰੋਗਰਾਮ ਲਈ ਦੇ ਦਿੰਦੇ ਹੋ ਨਾ ਸਾਨੂੰ, ਮਤਲਬ ਪੁੱਛੋ ਨਾ ਵੀ ਅਸੀਂ ਦਿਲੋਂ ਉਭਾਰੇ ਹਾਂ। ਮੇਰੇ ਨਾਲ ਨਾਲ ਦਰਸ਼ਕ ਵੀ ਸਾਡੇ ਬੜੇ ਉਭਾਰੀ ਨੇ, ਕਿਉਂਕਿ ਉਡੀਕਦੇ ਰਹਿੰਦੇ ਆ ਵੀ ਪੰਨੂ ਸਾਹਿਬ ਕਦੋਂ ਆਉਣਗੇ, ਪੰਨੂ ਸਾਹਿਬ ਕਦੋਂ ਆਉਣਗੇ। ਮੈਂ ਦਰਸ਼ਕਾਂ ਦਾ ਰਿਣੀ ਹੈ ਜੀ, ਉਹਨਾਂ ਦਾ ਧੰਨਵਾਦੀ ਹਾਂ ਕਿ ਉਹ ਇੰਨਾ ਪਿਆਰ ਕਰਦੇ, ਔਰ ਇਹ ਪਿਆਰ ਜਿਹੜਾ ਨਾ ਟੀ ਵੀ ਪ੍ਰਾਈਮ ਏਸ਼ੀਆ ਦਾ ਕਰਕੇ। ਚਲੋ ਅਮਨ ਖਟਕਰ ਹੋਰਾਂ ਨੂੰ ਵੀ ਵਧਾਈ ਦੇਣੀ ਪੈਂਦੀ ਹੈ। ਬਾਪੂ ਜੀ, ਸਭ ਤੋਂ ਪਹਿਲਾ ਸਵਾਲ ਜਿਹੜਾ ਇਸ ਵਕਤ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ, ਸੁੱਚਾ ਸਿੰਘ ਲੰਗਾਹ ਹੋਰਾਂ ਵਾਲਾ। ਹੁਣ ਸੁੱਚਾ ਸਿੰਘ ਲੰਗਾਹ ਹੋਰਾਂ ਦੇ ਉੱਪਰ ਬਲਾਤਕਾਰ ਦਾ ਕੇਸ ਤਾਂ ਪਹਿਲਾਂ ਸੀਗਾ, ਫਿਰ ਪੰਥ 'ਚੋਂ ਛੇਕਿਆ ਗਿਆ, ਅਤੇ ਉਸ ਤੋਂ ਬਾਅਦ ਉਹਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਇੱਕ ਜਿਹੜੀ ਧਾਰਾ ਸੀਗੀ ਉਹ ਵੀ ਐਡ ਆਨ ਕਰ ਦਿੱਤੀ ਗਈ। ਇਹ ਧਾਰਾ ਕੀ ਆ, ਕਿਉਂ ਐਡ ਹੋਈ ਅਤੇ ਕੀ ਫਰਕ ਪਊਗਾ ਜੀ? ਮੇਰੇ ਨਾਲ ਲਗਾਤਾਰ ਦੂਸਰੇ ਦਿਨ ਜ਼ਿਆਦਤੀ ਹੋ ਰਹੀ ਆ। ਅੱਛਾ ਜੀ। ਕੱਲ੍ਹ ਮੈਂ ਦੂਰਦਰਸ਼ਨ 'ਤੇ ਸਾਂ। ਅੱਛਾ ਜੀ। ਉੱਥੇ ਵੀ ਸੋਚਿਆ ਬ੍ਰੇਕਫਾਸਟ ਬਾਅਦ 'ਚ ਆ ਕੇ ਕਰ ਲਊਂਗਾ, ਸੁੱਚੇ ਮੂੰਹ ਹੀ ਜਾਂਦਿਆਂ ਸੁੱਚਾ ਹੋਣ ਦੀ ਗੱਲ ਕਰਨੀ ਪਈ। ਅੱਛਾ। ਅੱਜ ਫਿਰ ਇਹੋ ਹਾਲ ਹੈ। ਅੱਛਾ। ਕਿ ਸੁੱਚੇ ਮੂੰਹ ਪਹਿਲਾਂ ਸੁੱਚਾ ਹੋਣ ਦੀ ਗੱਲ ਕਰਨੀ ਪਈ। ਓਹੋ। ਉਹਨਾਂ ਨੇ ਮੁੜ ਕੇ ਦੂਸਰੀ ਗੱਲ ਉਸੇ ਵੇਲੇ ਸਵਰਨ ਸਲਾਰੀਏ ਦੀ ਕਰਤੀ ਹੋਵੇ, ਕੇਸ ਤੀਸਰਾ ਕੇਸ ਉਹਨਾਂ ਨੇ ਹਨੀਪ੍ਰੀਤ ਦਾ ਜੋੜ ਲਿਆ। ਮੈਂ ਆਖਿਆ ਚੌਥਾ ਹੁਣ ਕਿਤੇ ਰਾਧੇ ਮਾਂ ਦਾ ਤਾਂ ਨਹੀਂ ਜੋੜਨਾ, ਜਿਹੜੀ ਅਪਰਾਧੇ ਮਾਂ ਬਣ ਗਈ ਹੁਣ। ਹਾਂਜੀ, ਅਤੇ ਕੀ ਜਾਪਦਾ ਤੁਹਾਨੂੰ? ਦੇਖੋ, ਉਹਦੇ 'ਚ ਸੁੱਚਾ ਸਿੰਘ ਲੰਗਾਹ ਨੇ ਜੋ ਕੁਛ ਕੀਤਾ ਜੀ ਜੀ ਉਹ ਤਾਂ ਹੁਣ ਸਾਹਮਣੇ ਆ ਗਿਆ। ਮਾੜੀ ਗੱਲ ਇਹ ਆ ਕਿ ਕਾਬੇ 'ਚੋਂ ਕੁਫਰ ਤੁਲਦਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਦਾ ਲੋਕਾਂ ਨੂੰ ਪਤਾ ਨਹੀਂ, ਉਹ ਸਮਝਦੇ ਕੋਈ ਧਾਰਮਿਕ ਸ਼ਬਦ ਹੈ। ਅਸਲ 'ਚ ਸ਼੍ਰੋਮਣੀ ਦਾ ਮਤਲਬ ਹੁੰਦਾ ਚੀਫ, ਸਾਰਿਆਂ ਤੋਂ ਵੱਡਾ ਜੀ। ਸ਼੍ਰੋਮਣੀ ਪੱਤਰਕਾਰ, ਸ਼੍ਰੋਮਣੀ ਸਾਹਿਤਕਾਰ, ਸ਼੍ਰੋਮਣੀ ਕਵੀ, ਉਹਦਾ ਮਤਲਬ ਹੁੰਦਾ ਸਾਰਿਆਂ ਤੋਂ ਵੱਡਾ ਪੱਤਰ ਜੀ। ਅਸਲੀ ਚੀਜ਼ ਤਾਂ ਹੈਗੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਤਾਂ ਫਾਲਤੂ ਲੱਗਾ ਚੀਫ ਕਹਿਤਾ ਜੀ। ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸ ਗੁਰਦੁਆਰਾ ਪ੍ਰਬੰਧ ਦੇ ਵਿੱਚ ਇਹੋ ਜਿਹੇ ਬੰਦੇ ਨੂੰ ਲਿਆਂਦਾ ਕਿਉਂ ਗਿਆ ਸੀ ਜਿਹਦੇ ਉੱਤੇ ਬਸਤਾ ਬੇ ਦਾ ਪਹਿਲਾਂ ਹੀ ਟੈਗ ਲੱਗਾ ਸੀ ਕਿ ਥਾਣੇ ਦੇ ਵਿੱਚ ਬਸਤਾ ਬੇ ਵਾਲੇ ਬਦਮਾਸ਼ਾਂ 'ਚ ਲਿਸਟ ਵਿੱਚ ਉਹਦਾ ਨਾਂ ਸੀ ਅਤੇ ਕੰਧ 'ਤੇ ਲਿਖਿਆ ਪਿਆ ਸੀ। ਅਕਾਲ ਤਖ਼ਤ ਦੇ ਜਥੇਦਾਰ ਨੇ ਜਿਹੜਾ ਫੈਸਲਾ ਦਿੱਤਾ, ਅਧੂਰਾ ਫੈਸਲਾ ਆ। ਅੱਛਾ। ਇਹ ਫੈਸਲਾ ਕਰੂੰਬਲਾਂ 'ਤੇ ਆ ਕਿ ਸੁੱਚਾ ਸਿੰਘ ਨੇ ਆਹ ਕੀਤਾ ਅਤੇ ਇਸ ਆਹ ਕੀਤੇ ਦੇ ਉੱਤੇ ਆਹ ਸਜ਼ਾ ਦੇ ਦਿੱਤੀ ਸਿੱਖੀ ਜੋ ਕੱਢਤਾ ਜੀ। ਅਕਾਲ ਤਖ਼ਤ ਦੇ ਜਥੇਦਾਰ ਨੇ ਉਸ ਬੰਦੇ ਨੂੰ ਕਿਉਂ ਨਹੀਂ ਪੁੱਛਿਆ ਜਿਹਨੇ ਇਹਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਉਣ ਵਾਸਤੇ ਟਿਕਟ ਦਿੱਤੀ ਕਿ ਕੀ ਤੈਨੂੰ ਨਹੀਂ ਸੀ ਪਤਾ ਕਿ ਇਹ 10 ਨੰਬਰ ਹੀ ਆ? ਤੈਨੂੰ ਨਹੀਂ ਸੀ ਪਤਾ ਕਿ ਥਾਣੇ ਦੇ ਵਿੱਚ ਬਦਮਾਸ਼ਾਂ ਦਾ ਕੈਲੰਡਰ ਜਿਹੜਾ SHO ਦੀ ਕੁਰਸੀ ਦੇ ਪਿੱਛੇ ਲੱਗਾ ਹੁੰਦਾ ਜੀ, ਉਹਦੇ ਵਿੱਚ ਸੁੱਚੇ ਦਾ ਨਾਂ ਲਿਖਿਆ, ਔਰ ਲਿਖਿਆ ਵੀ ਉਦੋਂ ਸੀ ਜਦੋਂ ਤੂੰ ਮੁੱਖ ਮੰਤਰੀ ਹੁੰਦਾ ਸੀ ਜੀ। ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਅਤੇ ਸੁੱਚਾ ਸਿੰਘ ਲੰਗਾਹ ਦਾ ਨਾਂ ਬਦਮਾਸ਼ਾਂ 'ਚ ਲਿਖਿਆ ਜਾਵੇ, ਦੂਜੀ ਵਾਰੀ ਮੁੱਖ ਮੰਤਰੀ ਬਣੇ ਤਾਂ ਸੁੱਚਾ ਸਿੰਘ ਲੰਗਾਹ ਦਾ ਨਾਂ ਬਦਮਾਸ਼ਾਂ 'ਚ ਲਿਖਿਆ ਜਾਵੇ, ਤੀਜੀ ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਅਤੇ ਆਪਣੇ ਨਾਲ ਸੱਜਾ ਹੱਥ ਬਣਾ ਕੇ ਉਹਨੂੰ ਸ਼੍ਰੋਮਣੀ ਕਮੇਟੀ ਮੈਂਬਰ ਵੀ ਬਣਾ ਦੇ, MLA ਵੀ ਬਣਾ ਦੇ ਅਤੇ ਪੰਜਾਬ ਦਾ ਸਿੱਧਾ ਹੀ ਜਾ ਕੇ ਕੈਬਨਿਟ ਮੰਤਰੀ ਵੀ ਬਣਾ ਦੇ, ਇਹਦਾ ਮਤਲਬ ਕਿ ਅਪਰਾਧ ਦੇ ਪੱਖੋਂ ਇੰਨੀਆਂ ਪੌੜੀਆਂ ਚੜ੍ਹ ਗਿਆ ਸੀ, ਇੰਨਾ ਕੁਆਲੀਫਾਈ ਕਰ ਗਿਆ ਸੀ ਕਿ ਬਾਦਲ ਸਾਹਿਬ ਨੂੰ ਸੂਟ ਕਰਦਾ ਸੀ। ਅਤੇ ਫਿਰ ਇਹ ਵੀ ਪੁੱਛਣਾ ਚਾਹੀਦਾ ਕਿ ਹੋਰ ਕਿੰਨੇ ਕਿਹਾ ਜੀ? ਇੱਕ ਤਾਂ ਇਹੋ ਜਿਹਾ ਵੀ ਇਹਨਾਂ ਨੇ ਰੱਖਿਆ ਜਿਹੜਾ ਹੁਣ ਕੀ ਆਖਣਾ, ਮੁਜ਼ਾਹਰਾ ਕਰਦੀਆਂ ਕੁੜੀਆਂ ਨੂੰ ਗੁੱਤੋਂ ਫੜ ਕੇ ਉਹਨਾਂ 'ਚ ਪੀੜਾਂ ਮਾਰੀਆਂ ਸੀ ਜੀ ਜੀ, ਉਹਨੂੰ ਬਾਦਲ ਸਾਹਿਬ ਨੇ 2 ਵਾਰੀ ਮੰਤਰੀ ਬਣਾਇਆ, ਇੱਦਾਂ ਦੇ ਕਈ ਰੱਖੇ ਨੇ। ਹੁਣ ਜੇ ਅਕਾਲ ਤਖ਼ਤ ਦੇ ਜਥੇਦਾਰ ਨੇ ਠੀਕ ਫੈਸਲਾ ਕਰਨਾ ਹੁੰਦਾ, ਪਹਿਲਾਂ ਤਾਂ ਇਹ ਪੁੱਛਣਾ ਚਾਹੀਦਾ ਸੀ, ਜਦੋਂ ਤੁਹਾਨੂੰ ਪਤਾ ਬੰਦਾ 10 ਨੰਬਰ ਗਿਆ, ਤੁਸੀਂ ਉਹਨੂੰ ਸ਼੍ਰੋਮਣੀ ਕਮੇਟੀ ਦੀ ਟਿਕਟ ਕਿੱਦਾਂ ਦੇ ਦਿੱਤੀ, ਜਿਤਾ ਕਿੱਦਾਂ ਦਿੱਤਾ, ਸ਼੍ਰੋਮਣੀ ਕਮੇਟੀ ਦੀ ਐਗਜੈਕਟ ਵਿੱਚ ਪਾ ਕਿੱਦਾਂ ਦਿੱਤਾ ਜੀ? ਦੂਸਰੀ ਗੱਲ ਫਿਰ ਇਹ ਪੁੱਛਣੀ ਚਾਹੀਦੀ ਸੀ ਕਿ ਇੱਦਾਂ ਦੇ ਹੋਰ ਕਿੰਨੇ ਕਿਹਾ, ਚੌਂ ਪੰਜਾਂ ਦੇ ਨਾਂ 'ਤੇ ਲੋਕ ਮੂੰਹ ਮੂੰਹ ਲਈ ਜਾਂਦੇ ਜੀ, ਔਰ ਉਹ ਸਾਰੇ ਬਾਦਲ ਸਾਹਿਬ ਦੇ ਨੇੜੇ ਆ, ਅਤੇ ਲੋਕ ਕਹਿੰਦੇ ਜੀ ਨੇੜੇ ਵੀ ਇਸ ਕਰਕੇ ਆ ਕਿਉਂਕਿ ਕ੍ਰਿਮੀਨਲ ਕਿਸਮ ਦੇ ਆ, ਅਤੇ ਇਹੋ ਜਿਹੇ ਬੰਦੇ ਦਾ ਪੱਕਾ ਹੁੰਦਾ ਕਿ ਉਹ ਧੋਖਾ ਨਹੀਂ ਦੇ ਸਕਦਾ, ਕਾਣਾ ਹੋਣ ਕਰਕੇ ਨਾਲ ਬੱਧਾ ਰਹਿੰਦਾ। ਫਿਰ ਇਹ ਵੀ ਪਤਾ ਲਾਉਣਾ ਚਾਹੀਦਾ ਸੀ ਉਹ ਪਤਾ ਕਿਉਂ ਨਾ ਲਾਇਆ ਗਿਆ। ਚਰਚਾ ਤਾਂ ਇੱਥੋਂ ਤੱਕ ਹੈ
कि हर साल नवंबर च श्रोमणी कमेटी के प्रधान की चोण होंदी है। श्रोमणी कमेटी का अजलास हुंदा 29 नवंबर नूं जी। पिछले दिनों चर्चा चलती पई सी कि कृपाल सिंह बडूंगर कुछ मामलों अपनी अणख के मुताबिक फैसले कर लग पाया। वह जिस तरह के इन्हों यसमैन चाहिए उदा बन के नहीं भुगत रहा, क्योंकि कृपाल सिंह बडूंगर यसमैन करके नहीं भुगत रहा, इस करके एको साल से उन्होंने पासे करने का इरादा बना लिया। तो थान पर जोड़ा बंदा शिंगार के सामने लिया जा रहा है वो ये सोचा सो सी। अच्छा जी। तो जे इस वारी आ कम ना हों दो महीने खलो जाते, सुच्चा सिंह लंगाह श्रोमणी गुरद्वारा प्रबंधक कमेटी का प्रधान बन जाता, उसके बाद यह कोई सामने निकलता फिर कर दे की कहते दुनिया के सिखा की पार्लीमेंट है श्रोमणी कमेटी जी, इनू फिर सिखा का राष्ट्रपति बनाना सी इस बंदे ने। तो अकाल तख्त जथेदार ने पूछा क्यों नहीं भी इस बंद उत्तर क्यों नहीं लगा जी। दो महीने पहला अकाल तख्त के बाहर ढाडी सिंह वारा गाँवते, काली फूला सिंह की वार गाँव उन्हें इन्ना ही आख्या कि उदो अकाली फूला सिंह वर्गे जरनैल होंगे सन सिखा दे, हुण तो पता ही नहीं किदा किदा दे बन गए जी। तो सुच्चा सिंह लंगाह ने जाकर धक्के मार के उन्होंने ढाडी नूं पासे करता, तो माइक उत्तों खोह लिया, आख्या जो बोल नहीं देना। वह सूल क्यों होया सी, तो उहदे उत्ते श्रोमणी कमेटी ने की एक्शन लिया, उहदे उत्ते बादल ने की एक्शन लिया, उहदे उत्ते अकाल तख्त के जथेदार ने की एक्शन लिया, इन्हां सारयां ने मूंह च घुंघणियां क्यों पालियां सी, उहदे ने एक्शन क्यों नहीं सी लिया जी। माफ करना इहो जिहियां गल्लां बहुत हो चुकियां। दरबार साहब दे विच एक नेत्रहीन रागी हुंदा सी जी। हुण जिहड़ा रागी अंदर दरबार साहब जा बैठता वह दो घंटे रौल लाए बगैर बाहर नहीं आ सकता, ड्यूटी करनी पैंदी उहनूं पूरी। बिल्कुल। श्रोमणी कमेटी का एक मैंबर वह जाके रागी सिंह की पत्नी नूं पै गया, उन्हें चीकां मारियां, आंढ गुआंढ के लोग कट्ठे हो गए भज आया। रागी सिंह जदों वेला होया तो उन्हें बाहर आके उन्हें पता लगा, तो उन्हें फिर प्रोटेस्ट किया इस गल ते, श्रोमणी कमेटी नूं आख्या, अखबारों चर्चा हुई, सज़ा श्रोमणी कमेटी मैंबर नूं नहीं दित्ती गई। रागी सिंह की ट्रांसफर करके तो सुच्चा सिंह का इलाका जिथे डेरा बाबा नानक खत्म होंदा उहदे अगले पासे अमृतसर जिले का आखिरी टिकाणा रविदास है जी, बाबा बुढ़ा साहब का गुरद्वारा, उन्होंने उत्थे भेज दिता गया। तो श्रोमणी कमेटी मैंबर जिहड़ा सी उहनूं इन्नी खुल दित्ती गई कि एक हफ्ते बाद उन्हें दीवान आलमंजी साहब के समागम किया, तो वह बंदा जीते यहोजे दोष लगते पे वह बादल साहब के गल च सरोपा पा रहा, तो थले जकारे बज रहे हैं, बोले सोने आल सत श्रीकाल, ये तमाशा क्यों होंगे। आज एक महीना पहला सिखा का जोड़ा पंजवा तख्त है जिते श्री गुरु ग्रंथ साहब ने गुराई दी गुरु दसवें पातशाह ने जी, उस जुड़ी गुरु तेग बहादुर सरां जी है, उस सरां के श्रोमणी कमेटी के मुलाजम जोकर करते फड़े गए, नाल एक कारसे वाला से। इदा दिनिया घटनावं हुई बादल साहब ने कितना कितने कोई सोचना चाहिए। 74 दिन तिल तिल करके मर गया जो दर्शन सो फेरू मान जी, उन्होंने तो श्रोमणी कमेटी ने अकाल तख्त ने पंथ रत्न मनिया नहीं, होर इन्ने साल उन्होंने तो मनिया नहीं। बादल साहब पंथ रत्न है, तो जे पंथ रत्न है तो थोड़ा बहुत पंथ के सामने ये भी मनन कि मेरे तो गलतियां हो गई ने, यहोजा बंदा भी लान ला लिया अज ही मान लैन। हूँ उत्थे गुरदासपुर के जान लग्या तो शर्म आती जा नहीं रहे जी, पर कित ना कि कोई ना कोई लेखा तो देना चाहिए ना भी असी तुहाडे नाल संगत ने भरोसा किया, असी तुहाडा भरोसा तोड़िया, असी इदा दे बंदे लेके तुरे फिरदे रहे, इन्हां नूं असी प्रमोट करदे रहे। सही गल। अच्छा एक चीज मैं अपना सर जरूर तुहाडे कोल आ जिहड़ा केस तुसीं बणाया कि धार्मिक भावनावां नूं केस पहुंचाउण दा, वह भी इसे गल करके केस बणिया, सत्कार कमेटी ने जाके शिकायत की है। वह कहिंदे श्रोमणी कमेटी का मैंबर होके इन्हें इस तरह की हरकत की है, जिहड़े पहरावे च कीती है जी, वो जिहड़ियां गल्लां दसदे पर मैं तो पता नहीं फिल्म फुल्म मैं तो वेखी नहीं, पर वो जिहड़ियां गल्लां दसदे आ वो कहिंदे जी उस पहरावे दा करके सिखां दे मन नूं उहनां दीआं भावनावां नूं ठेस पुजी है, वो ठेस पुजदा इक केस होर बण गया सुच्चा हुंदा जी जी। तो एक चीज़ होर जी सामने आ रही है अपना साहब, वो मैं जरूर तुहाडे कोल पुछणी चाहुंदा कि जिद्दां हुण उहनां दे कोल इन्वेस्टिगेशन दे विच ये कहा जा रहा है कि भी ये केस तो एक है ही है, इस तो अलावा उन्होंने जायदादों के बारे ज जिहड़ियां पिछलियां घटनावां सी जां जिहड़े पिछले केस उन्होंने नाल जुड़दे सी उन्हां बारे भी तहकीकात हो रही है, इहनूं तुसीं किदां देख? उन्हां चों इक तां भ्रिष्टाचार का केस है ही सी जायदाद बनाउण दा। हाँ जी। उहदे विच मोहाली दे अदालत ने जिहड़ा उहनूं सज़ा दित्ती है, तुसीं इह देखो कि 2002 च केस दर्ज होया जी, इहनां आख्या जी कांग्रेस की सरकार है उन्हें सियासी करके दर्ज कर दिता, साड़ी सरकार आ गई तो केस खारज हो जाने। 2007 च इन्हां दी सरकार आ गई, सुच्चा सिंह लंगाह कैबिनेट मंत्री बन गया,
केस फिर भी चलता रहा जी। 2012 च सुच्चा सिंह हार गया पर सरकार फिर इन्हां दी बन गई, केस फिर चलता रहा। 2013 साल केस चलन तो बाद सुच्चा सिंह नूं उस भ्रिष्टाचार के केस में सज़ा हो गई 3 साल कैद नाल, अज तक का पंजाब का रिकॉर्ड है सब तो वड्डा जुर्माना इहनूं पिया 1 करोड़ ते 10,000 रुपये, 10,000 रुपये खर्चा सीगा जी, जुर्माना पिया 1 करोड़। इन्हां नूं ये लगता नहीं सी कि इदां दा, जिदां सच्चे सौदे वाले बाबे नहीं लगता कि मैनूं सज़ा होनी है, उदां इन्हां नूं नहीं जापदा कि सानूं एड्डा जुर्माना पै जाणा जी। हुण जदों खड़े पैर 1 करोड़ रुपया देना पिया, उत्थे इन्हां कोल बंदे हैगे जिहड़े 10 करोड़ भी खड़े पैर कढ सकदे आ, पर वो गागरां चों लुकाइयां गागरां चों कढ सकदे आ ना। अदालत में जो देना तो यह भी दसना पैना कि खाते चो आया, तो वाइट मनी 1 करोड़ रुपया देना बहुत औखा हो गया। 11 बजे सज़ा हुई, अदालत ने आख्या तेन जमानत उन्ना चिर नहीं मिल सकती जिन्ना चिर तक तू 1 करोड़ रुपया जमा नहीं करवा। 1 करोड़ रुपया कदे किसी को जाने कदे किसी को जाने, तो हर कोई भजे कि सुच्चा सिंह के नाँ पर जमा कराया, तो कल मैं भी दागी हो जाऊँ। भन्न घट करके कुछ कितों कुछ कितों लिया के शाम को 4 बजे तो बाद पैसे जोड़े उत्थे जमा कराए गए, तो फिर सुच्चा सिंह की जमानत हुई। केस तो वह भी लोगों को पता, केस तो यह भी पता कि धारीवाल च सरकारी थां ते दुकाना मिला के कब्जा किया, होर कित्थे कदे कुछ आम लोगों दी जमीनां ते कब्जे किए आ जी, वो जिहड़े हुण तक नहीं सी बोलदे। हुण जदों उन्हां नूं पता लगा कि सुच्चा सिंह खूह च डिग पिया, हुण उह सारी आपो अपने जायदाद दे कब्जे जिहड़े मंगणगे उह वापस मंगणगे। वो एक मौका हुंदा जिथे कुछ लोगों नूं बोलण वास्ते आसरा चाहीदा हुंदा, हुण हंगारा मिलेगा। ते जिहड़े अकाली दल दे विच वी अजे तक सुच्चा हुंदे दबाव थले सी जी, वो भी उठने शुरू हो गए, फर्क पैगा। सो कहते ना कि जिहड़ा ये कह लो कि भी तख्ता पलटिया, इस तख्त पलटन बहुत कुछ चीज़ें निकलगियां। अच्छा हुण तुसीं वैसे तो मैं माफ़ करो क्योंकि मैं सवाल तो पुछने, तुसीं जिदा कहा निर्णय काल जी कितने करना पुछता ये स्वर्ण सलारिया और बड़ा पुराना एक केस निकलिया मुंबई वाला, वो बीबी हुण सुप्रीम कोर्ट जाके हाजिर हो गई है, ये सारी घटना की चीज़ है तो किदां देखदे हो तुसीं? देखो एक केस है 14 दसंबर 2015 का जी, उस बीबी ने उत्थे शिकायत की महाराष्ट्र कि मेरे ये संबंध है पिछले 30 सालों तो, असी लिव इन रिलेशन में सी, मैं कहता सी आप विआह करा लेंगे, विआह ने मेरा कराया नहीं, हुण मैनू बेदखल कर रहा नाल, उन्हें कुछ होर गल्लां लातियां फराड दियां भी धोखे दियां भी। उन्हें कहा जी इन्ना चिर मैंने विआह ही नहीं मेरे नाल कराया तो धोखा दे के मेरे नाल बलात्कार करता रहा। इहो जे केसां विच सुप्रीम कोर्ट के कई वर्डिक्ट आ चुके, इहनूं बलात्कार मन्निया जांदा जे लालच दे के धोखा दे के किसी ने बलात्कार किया तो मन्ने। उत्थे हुण सरकार तां की भारतीय जनता पार्टी की, यह भी भारतीय जनता पार्टी का लीडर से, FIR दर्ज हो गई, इन्होंने दबाव पा लिया, उस दबाव के बाकी सारा केस खारज हो गया, 506 का खिला रह गया। हुण 506 वाले च आम तौर पर सज़ा 2 साल तो घट है जी, पर कुछ खास हालात सज़ा वध के 7 साल तक भी हो सकती है। उन्हें बीबी ने जाके उपरली अदालत में केस करता, अदालत ने ड्यूटी लाई कि यह केस ठीक तरह नहीं गा, मतलब यदि पड़ताल हुई यदि इन्वेस्टिगेशन कोई DSP रैंक का कोई गाइटड अफसर करे जी, गाइटड अफसर ने की, तो उन्हें आखिया जी केस इतने रेप का भी बनता, 376 भी लगनी, वो रिपोर्ट चली गई। इन्हें उपर कह के जी उपरली अदालत में अर्जी दे के जी वो तो स्टे करा लिया, वो स्टे होया सी, पर स्टे भी होया होवे ते जदों चोण लड़न लग्या एफीडेविट देना तो वो कलम हुंदा कि तुहाडे उत्ते कोई केस इहो जिहे बने, वो केस जिहड़े वो दर्ज करने पैंदे आ किसी के उत्ते भी बने होण जी। बिहार के चुने हुए प्रतिनिधि की चोण इस करके रद्द हो गई है कि वो खिलाफ 4 केस से उन्हें 3 दर्ज कर दते, चौथा केस जो सीरियस से उन्हें दर्ज नहीं किया, चोण जित गया, दूजे ने जाके शिकायत करती, सिर्फ इस बेस से एक केस ने लगाया वो चोण रद्द हो गई। स्वर्ण सलारिया चोण लड़न लग्या एफीडेविट देन लग्या वो नोट करना चाहिए सी कि मेरे उत्ते आ केस भी हैगा, उन्हें वो केस वो दर्ज नहीं किया जी। हुण केस बाद निकलाया, एक पुरानी कहानी है कि जिन्होंने अपने नानके दादके भुल गए हुण इलैक्शन खलोजे लोग फिर लभ लुभ के दसते होंगे जी, जे स्वर्ण सलारिया अपने केसों का चेता नहीं सी दूसर दसता, वो बीबी ये कहना मेरा उन्हें संबंध ही कोई नहीं, बीबी कागज़ ले फिरदी है, वो कहती 1986 के इन्हें तो मैं मुंबई च एक प्रॉपर्टी खरीदी जिहड़ी दोवां दे जॉइंट नाँ ते सी, सांझी किदां सी जी, साढ़े दोवां दे नाँ ते सांझी क्यों खरीदी गई, ये गल दसदी है
कि इतने मतलब साड़ी लेबर रिलेशनशिप सी तो इस तरह संबंध से यदा तुम की जवाब दें तो कितने ना कि वो जो केस है पी यू आप कह दें लिविंग रिलेशनशिप का बनता वो केस पर ये एक चीज़ मैं थोड़े को पूछनी चाहना बंसल साहब कि लिविंग रिलेशनशिप के सुप्रीम कोर्ट के कुछ एक डिसीजन यहोजे भी आए जिथे जी लिविंग रिलेशनशिप के पार्टनर है उन्होंने वाइफ तक का दर्जा दिता जाता वो भी दिता गया वो बच्चों को भी बराबर का दर्जा दिता गया हाँ जी पर जिथे लिविंग रिलेशनशिप रख के किसी ने तोड़ दी जी उहदे विच जे उहने साबित कर दिता कि मेरे नाल आ संबंध सी जी इन्ना चिर लिविंग रिलेशनशिप रही तो मेरे नाल आ लारा लाउंदा रहा तो उत्तों भज गया फिर उस लिविंग रिलेशनशिप नूं सुप्रीम कोर्ट ने बलात्कार भी मन्निया होया जी जी इहो जिहे केस भी हैगे आ कि लारा ला के बलात्कार वह हुंदा जिहड़ा बल दे नाल अधिकार कीता होवे जां लालच दे के कीता होवे जां वरगला के कीता होवे जो माइनर हों अडल्ट नहीं हों उन्हों वरगला के किता मन वह भी बलात्कार हों जहाँ को सुपना विखाया हो तेरी तो मैं तरक्की बहुत करा देनी है तेनों मैं असैम्बली की टिकट लै दूँ पार्लीमेंट की टिकट लै दूँ या तेरे तेनों मैं फलानी एयरलाइन का हैड बना किसी भी किसी का कोई लालच दे के किया गया होने बलात्कार कहें सैक्स रिलेशन तो इस केस के हूँ जिदा सलारिया साहब इलैक्शन खड़े है तो घर घर जाके हाथ जोड़ के मतलब लोगों को वोटा भी मंगनिया के नाल यह पीपा जो बज गया हूँ लोग भी बथेरे इस मामले तेज होंगे जाते कहे और सलारिया साहब उदा तो बारे बड़ी लोग इतने गल् करी जाते आ भी चर्चा जी पर आप चिंता न करो आप वोट पा ली आप उस कुछ कदम वेखिया आप कद गल सुननी है तुम आए हैं वेख भाजी आप वोट तुम पा देनी है एवं लोग आखी जाते अगले घर जाते फिर सुन यो मिल जाए लोग साढ़े ना बड़े ढंग गल करते होंगे वो ढंग करी जाएंगे उस तरह ही एक तरीका हों सो कुल मिला के जी आप इतों अंदाजा ला सकते हैं कि जो अपने लीडर साहबान ने किरदार उन्होंने की है तो पिछले कच्चे चिट्ठे कि निकलते हैं सो कुल मिला के गलपनू साहब की बड़ी वधिया सी भी जे नानके दादके भुल गए हुण दे इलैक्शन च खड़ा हो जाओ थोड़े सवाल भी नाल आ रहे हैं जी मैं कोशिश करता इन्हों ऐडाउन करा पर आज जो कुछ गल् ने जरूर विचार वाली ने पनू साहब एक चीज़ मैं होर थोड़े को पूछनी चाहना बाबा जिहड़ा अंदर दत्ता जी राम रहीम उसके बारे हूँ कहें भी वो मूँह दाड़ी जी चिट्टी हो गई है तो जेडे बुटोक्स के इंजैक्शन लगा गलों की लाली दे भी हूँ तंग करते हैं धुप्पे वो निकल नहीं सकता तो तड़के तड़के दिहाड़ी करके तो उस तो बाद कोठड़ी जा वड़ता तो हालात बड़े माड़े ने उसके बारे भी जरूर चानना पाओ बेचारा न्यूजीलैंड के कवी अर्गा बन गया वो भी चरण च नहीं निकलता हाँ जी न्यूजीलैंड कवी फ्रूट भी है जी कवी पंछी भी है जी वो चरण च नहीं निकलता जे वे कमर के लागे जाइए तो दरवाजा खोलीए तो चरण में वेख के अंदर खुडा च जा वड़ता जी जी भी बेचारा ना न्यूजीलैंड का कवी बन गया बाबा वो कल की गल क्यों करते हैं जी तुसी हनीप्रीत दी पुरानी फिल्मां उहदी पुरानी रिकॉर्डिंग प्रोग्रामा दी 38 दिन वेखदे रहे साडियां फिल्मां दीआं जिहड़ियां सिखरलियां हीरोइनां उहनां वर्गी जापदी सी जी ऐ दंग दंग सी जदों हुण पुलिस दे पेश होए ते पेश होण तों पहलां उहने इंटरव्यू दित्ते जी उदों लोकां वेख्या कि इन्ना क मूंह होया उत्तों गल ही नहीं निकलदी तो जिफ सिर्फ दो रात उन्हें कट्टिया ने हवाला तो तीसरी रात तो बाद जो विखाया गया कि उत्थे बैठी है थाने च उस सिपाही कुड़ियों के पिछले पासे तो उदों भी बुरा हाल होया पाया एक फर्क इहो ही हुंदा फासला सिर्फ डेढ़ गट का मंजे का जमीन का मंजी उत्ते बैठा जट बनिया नवाब होवे ते जे मंजी ते ना होवे पुंजे बैठा होवे जी जी रोटी भावे उहो ही होवे थाली विच पाई होवे उस तरह ही कौली होवे पर जो भुजे बैठ के खांदा तो उदों इहो सोची जांदा यार रब ओह मौका कदों आऊ जदों मैं मंजी ते बैठ के खाण जोगा हूँ जी 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 वह हुण मंजी तो भुजे आ गई मंजी नहीं वड्डे उच्चे तख्त तो भुजे आ गई है सही गल है उस तरह ही बाबे की हालत है कि जदों उन्हूं लियांदा गया कोई 800 गड्डियां कहिंदा कोई 600 कहिंदा सी हुण पता लगा कि 200 गड्डियां आ गईआं जी जे 200 गड्डियां भी होण तो साढ़े राष्ट्रपति का काफिला भी कदे 100-125 गड्डिया तो नहीं बढ़ता प्रधानमंत्री का भी ये एडा वड्डा काफिला लैके आया उस काफिले जिहड़ियां गड्डियां सी मुड़ के पता ही नहीं लगा किधर नूं गईआं उन्हां दे गड्डियां दे नंबर भी नहीं लभे ते हरियाणे की पुलिस ने जाण के नोट भी नहीं किते किसे नाके ते इत्थे आ के भी जदों उह धक्के नाल गया अदालत विच उह समझदा सी अमन कानून मेरे सामने कोई चीज़ ही नहीं जी फिर हैलीकाप्टर दे उत्ते लैके गया मेरा ख्याल है पहला मुलजम होना जिन्हों हरियाणे चो हैलीकाप्टर के उत्ते जेल छड़न गया उत्थे जाके जेल के सुपरिटेंडेंट नूं पै गया कि हनीप्रीत मेरे कोल अंदर रहूगी
ਉਹ ਕਹਿੰਦਾ ਨਾਲ ਨਹੀਂ ਜਾ, ਕਹਿੰਦਾ ਹੈਲੀਕਾਪਟਰ 'ਚ ਵੀ ਤਾਂ ਆਈ ਹੈ ਨਾ, ਉਹ ਕਹਿੰਦਾ ਆਈ ਹੋਊਗੀ, ਇੱਥੋਂ ਤੱਕ ਆ ਗਈ, ਮੈਂ ਅੰਦਰ ਨਹੀਂ ਜਾਂਦਾ, ਇਹ ਜਾਊਗੀ ਨਹੀਂ ਤਾਂ ਮੈਂ ਤੇਰੀ ਪੇਟੀ ਲਵਾ ਦੂੰਗਾ, ਇੱਥੋਂ ਤੱਕ ਦਬਕੇ ਮਾਰਦਾ ਸੀ। ਉਦੋਂ ਤੱਕ ਦਬਕੇ ਮਾਰਨੇ ਹੋਰ ਗੱਲ ਸੀ ਜੀ, ਹੁਣ ਉਹਦਾ ਪਾਣੀ ਲੱਤ ਚੁੱਕਾ, ਇਕੱਲਾ ਪਾਣੀ ਇਹੋ ਹੀ ਨਹੀਂ ਲੱਤ ਚੁੱਕਾ, ਜਿਹੜਾ ਦਾੜੀ ਕੇਸਾਂ ਨੂੰ ਪਾਣੀ ਲਾਉਂਦਾ ਸੀ ਉਹ ਵੀ ਲੱਤ ਚੁੱਕਾ ਜੀ। ਹੁਣ ਤਾਂ ਉਹ ਦੱਸਦੇ ਜੀ ਚਾਂਦੀ ਰੰਗੇ ਵਾਲ ਦਿਸਣ ਲੱਗ ਪਏ ਨੇ, ਬਾਬੇ ਦੀ ਹਾਲਤ ਇੱਦਾਂ ਦੀ ਆ ਕਿ ਪੈਰੋ ਪੈਰ ਜਿਵੇਂ ਬੰਦੇ ਦੇ ਪੱਲੇ ਕੱਖ ਨਹੀਂ ਰਹਿ ਜਾਂਦਾ। ਉਹੀ ਸ਼ੂਗਰ ਵੱਧ ਗਈ, ਬੀ ਪੀ ਤੰਗ ਕਰਦਾ, ਅਤੇ ਦਿਹਾੜੀ ਦੇ ਪੈਸੇ ਥੋੜ੍ਹੇ ਜਿਹੇ ਮਿਲਦੇ ਆ ਅਤੇ ਧੁੱਪ 'ਚ ਨਿਕਲਿਆ ਨਹੀਂ ਜਾਂਦਾ, ਹਾਲਾਤ ਮਾੜੇ ਨੇ। ਤੁਸੀਂ ਹਨੀਪ੍ਰੀਤ ਦੀ ਗੱਲ ਕੀਤੀ, ਮੈਨੂੰ ਇਹਦੇ ਬਾਰੇ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਵੀ ਹੁਣ ਹਰਿਆਣੇ ਦੇ ਵਿੱਚ ਵੀ ਇਹ ਸਿਆਸਤ ਗਰਮਾ ਗਈ ਹੈ ਵੀ ਹਨੀਪ੍ਰੀਤ ਜਿਹੜੀ ਹੈ ਜੀ ਉਹ ਜੋ ਜੋ ਕੁਛ ਬੋਲ ਰਹੀ ਹੈ, ਜਿੱਦਾਂ ਜਿੱਦਾਂ ਉਹ ਜਵਾਬ ਦੇ ਰਹੀ ਹੈ, ਉਹਦੇ ਵਕੀਲ ਨੇ ਉਹਨੂੰ ਸਿਖਾਇਆ ਤੋਤੇ ਵਾਂਗੂ ਰਟਾਇਆ ਕਿ ਤੂੰ ਆਹ ਕਹਿਣਾ ਨਹੀਂ ਕਹਿਣਾ, ਉੱਧਰੋਂ ਪੁਲਿਸ ਹਰਿਆਣੇ ਦੀ ਇਹ ਆਖੀ ਜਾਂਦੇ ਆ ਵੀ ਹਾਂਜੀ ਇਹ ਸਾਨੂੰ ਘੁਮਾਉਣ ਡਈ ਹੈ, ਗੱਲਾਂ ਇਹ ਕੁਛ ਹੋਰ ਦੱਸਦੀ ਹੈ। ਇਹਨੂੰ ਕਿਵੇਂ ਦੇਖ ਗੱਲ ਇਹ ਹੈ ਕਿ ਉਹ 38 ਦਿਨ ਜਦੋਂ ਬਾਹਰ ਰਹੀ ਹੈ ਨਾ ਜੀ, ਤੇਜ਼ ਤਰਾਰ ਉਹ ਬਹੁਤ ਹੈ ਜੀ, ਅਤੇ ਜਿਹੜੇ ਉਹਦੇ ਨਾਲ ਦੇ ਆ ਉਹ ਵੀ ਘੱਟ ਤੇਜ਼ ਨਹੀਂ ਗੇ। ਉਹਦੇ ਦੌਰਾਨ ਉਹ ਪੂਰੀ ਪਲੈਨਿੰਗ ਕਰਦੇ ਰਹੇ ਆ ਕਿ ਜਦੋਂ ਪੁਲਿਸ 'ਤੇ ਪੇਸ਼ ਹੋਣਾ ਹਨੀਪ੍ਰੀਤ ਨੇ ਤਾਂ ਉੱਥੇ ਜਾ ਕੇ ਕੀ ਆਖੇ ਜੀ, ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਕੀ ਕੀਤਾ ਜਾਵੇ। ਇਹ ਆਪਣੇ ਨਾਲ ਸੁਖਦੀਪ ਕੌਰ ਨੂੰ ਲੈ ਗਈ, ਜੇ ਇਹ ਉਹਨੂੰ ਨਾਲ ਨਾ ਲੈ ਕੇ ਜਾਂਦੀ ਤਾਂ ਸੁਖਦੀਪ ਕੌਰ ਨੇ ਫਸਣਾ ਹੀ ਨਹੀਂ ਸੀ, ਹੁਣ ਉਹ ਵੀ ਫਸ ਗਈ। ਉਹਦੇ 'ਚ ਸੁਖਦੀਪ ਕੌਰ ਨੂੰ ਵੀ ਪੁੱਛਿਆ ਗਿਆ ਅਤੇ ਇਹਨੂੰ ਵੀ ਕਿ 38 ਦਿਨ ਕਿੱਥੇ ਰਹੇ, ਅਤੇ ਇਹਨਾਂ ਨੇ ਆਖਿਆ ਜੀ ਬਠਿੰਡੇ 'ਚ ਸੁਖਦੀਪ ਕੌਰ ਦਾ ਘਰ ਹੈ, ਮੈਂ ਉੱਥੇ ਰਹਿੰਦੀ ਸੀ। ਉੱਥੇ ਚਲੇ ਗਏ ਆਂਢ ਗੁਆਂਢ ਦੇ ਲੋਕਾਂ ਨੇ ਆਖਿਆ ਜੀ ਅਸੀਂ ਤਾਂ ਕਦੇ ਵੇਖੀ ਨਹੀਂ। ਅੰਦਰ ਗਏ ਵੇਖਿਆ ਵਿਹੜੇ ਦੇ ਵਿੱਚ ਫਰਸ਼ ਦੇ ਉੱਤੇ ਘੱਟਾ ਮਿੱਟੀ ਪਿਆ, ਪਰ ਇੰਝ ਲੱਗਦਾ ਜਿਵੇਂ ਥੋੜ੍ਹਾ ਥੋੜ੍ਹਾ ਸਾਫ਼ ਕਰਨ ਦਾ ਯਤਨ ਕੀਤਾ ਗਿਆ ਅਤੇ ਗੁਜ਼ਾਰੇ ਜੋਗਾ ਸਾਫ਼ ਕਰਕੇ ਛੱਡਤਾ, ਉਹ ਤੋਂ ਦਿਸਦਾ ਨਹੀਂ ਇੱਥੇ ਕੋਈ ਰਹਿੰਦਾ ਸੀ। ਫਿਰ ਗਏ ਵੇਖਿਆ ਕਿ ਜਿਹੜੀ ਰਸੋਈ ਆ ਉਹਦੇ ਇੱਥੇ ਭਾਂਡੇ ਛਾਣੇ ਨੂੰ ਕਦੇ ਕਿਸੇ ਨੇ ਹੱਥ ਨਹੀਂ ਲਾਇਆ, ਅਤੇ ਪੁਲਿਸ ਵਾਲਿਆਂ ਨੇ ਆਖਿਆ ਕਿ ਇੱਥੇ ਤੁਸੀਂ ਰਹਿੰਦੀਆਂ ਸੀ ਦੋ ਜਣੀਆਂ, ਅਤੇ ਆ ਰਸੋਈ ਤਾਂ ਦੱਸਦੀ ਇੱਥੇ ਨਾ ਗੈਸ ਹੀ ਆ ਸਿਲੰਡਰ 'ਚ, ਨਾ ਵਾਸ਼ਬੇਸਨ ਚੱਲਦਾ। ਕਹਿੰਦੀਆਂ ਜੀ ਸਾਡਾ ਰੋਟੀ ਪਾਣੀ ਸਾਰਾ ਕੁਝ ਬਣਿਆ ਬਣਾਇਆ ਪਿੰਡੋਂ ਆ ਜਾਂਦਾ ਸੀ, ਅਸੀਂ ਉਹ ਖਾ ਲਈਦੀ ਅਤੇ ਭਾਂਡੇ ਚੱਲ ਜਾਂਦੇ ਸੀ। ਕਹਿੰਦੇ ਠੀਕ ਆ, ਛੱਤ 'ਤੇ ਪੱਖਾ ਵੀ ਹੈ ਨਹੀਂ ਅਤੇ ਇੰਨੀ ਗਰਮੀ ਦੇ ਵਿੱਚ ਬਗੈਰ ਪੱਖੇ ਤੋਂ ਤੁਸੀਂ ਕਿੱਦਾਂ ਰਹਿੰਦੀਆਂ ਸੀ, ਔਰ ਇਹ ਸਾਰੀਆਂ ਗੱਲਾਂ ਛੱਡ ਦਿੱਤੀਆਂ ਜਾਣ, ਅਤੇ ਇੰਨੇ ਦਿਨ ਜਿਹਨਾਂ ਨੇ ਰਹਿਣਾ ਕਦੇ ਨਹਾਉਣਾ ਵੀ ਪੈਣਾ, ਨਾ ਵੀ ਨਹਾਉਣ, ਚਲੋ ਸਾਧੂ ਸੰਤ ਕਈ ਵਾਰੀ ਕਹਿੰਦੇ ਸਮਾਧੀਆਂ ਵੀ ਲਾ ਲੈਂਦੇ, ਸਰੀਰਕ ਲੋੜਾਂ ਵਾਸਤੇ ਬੰਦੇ ਨੂੰ ਦਿਹਾੜੀ 'ਚ 5-7 ਵਾਰ ਬਾਥਰੂਮ 'ਤੇ ਜਾਣਾ ਪੈਂਦਾ ਨਾ ਜੀ, ਬਾਥਰੂਮ ਦੀਆਂ ਟੂਟੀਆਂ 'ਚ ਪਾਣੀ ਨਹੀਂ ਆਉਂਦਾ, ਟਾਇਲਟ ਸੀਟ ਦਾ ਫਲੱਸ਼ ਹੀ ਨਹੀਂ ਚੱਲਦਾ ਪਿਆ, ਅਤੇ ਤੁਸੀਂ ਇੱਥੇ ਕਿੱਦਾਂ ਰਹਿੰਦੀਆਂ ਸੀ। ਲੱਗਦਾ ਇਹ ਹੈ ਕਿ ਪੁਲਿਸ ਨੂੰ ਅਸਲੀ ਅੱਡੇ ਤੋਂ ਗੁੰਮਰਾਹ ਕਰਨ ਵਾਸਤੇ ਇਸ ਕੁੜੀ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਕੇ ਭੇਜਿਆ ਗਿਆ ਕਿ ਤੂੰ ਦੱਸਣਾ ਕੱਖ ਨਹੀਂ, ਬਸ ਦੱਖਣ ਦੀ ਥਾਂ ਪਹਾੜ ਵੱਲ ਨੂੰ ਤੁਰ ਜਾਣਾ ਜੀ, ਉਲਟੇ ਪਾਸੇ ਨੂੰ ਲੈ ਕੇ ਉਹਨਾਂ ਨੂੰ ਘੁਮਾ ਰਹੀ ਆ। ਉੱਦਾਂ ਹਰਿਆਣੇ ਦੀ ਪੁਲਿਸ ਨਾਲ ਇਹ ਹੋਣੀ ਵੀ ਚਾਹੀਦੀ ਆ ਜੀ, ਹਰਿਆਣੇ ਦੀ ਪੁਲਿਸ ਨੇ ਜਿੰਨੀ ਉਹਨੂੰ ਖੁੱਲ੍ਹ ਦਿੱਤੀ, ਭਾਵੇਂ ਮੁੱਖ ਮੰਤਰੀ ਦੇ ਕਹਿਣ 'ਤੇ ਖੁੱਲ੍ਹ ਦਿੱਤੀ ਹੋਵੇ, ਇਹ ਕੋਈ ਤਰੀਕਾ ਸੀ ਜੀ ਕਿ ਸਾਧ ਤਾਂ ਫੜਿਆ ਗਿਆ ਸੀ, ਜੱਜ ਸਾਹਿਬ ਨੇ ਕਿਹਾ ਸੀ ਉਹਨੂੰ ਫੜ ਲਓ, ਇਹ ਕੁੜੀ ਉਹਦੇ ਨਾਲ ਕਾਰ ਵਿੱਚ ਬੈਠ ਕੇ ਆਰਮੀ ਛਾਉਣੀ ਵਿੱਚ ਕਿੱਦਾਂ ਚਲੀ ਗਈ, ਛਾਉਣੀ ਵਿੱਚ ਖੜ੍ਹੇ ਜਹਾਜ਼ ਦੇ ਉੱਤੇ ਕਿੱਦਾਂ ਹੈਲੀਕਾਪਟਰ 'ਤੇ ਚੜ੍ਹ ਗਈ ਜੀ, ਔਰ ਬੜੇ ਮਜ਼ੇ ਨਾਲ ਚਾਕਲੇਟ ਖਾਂਦੀ ਜਾਂਦੀ ਸੀ। ਇਹ ਹੈਲੀਕਾਪਟਰ ਕੋਈ ਮਾਲਵੇ ਦੀਆਂ ਸੜਕਾਂ 'ਤੇ ਫਿਰਦਾ ਘੁੜਕਾ ਥੋੜ੍ਹਾ, ਜਿਹਦੇ ਉੱਤੇ ਆ ਜਿਹੜਾ ਕਿ ਜਵਾਕ ਨੂੰ ਝੂਟਾ ਦੇ ਦਿਓ, ਇਹ ਝੂਟਾ ਦੇਣ ਵਾਸਤੇ ਨਾ ਬਿਠਾਈ ਸੀ, ਉੱਥੋਂ ਜਾ ਕੇ ਜਦੋਂ ਜੇਲ੍ਹ ਵਾਲਿਆਂ ਅੰਦਰ ਨਹੀਂ ਵੜ ਦਿੱਤੇ ਫਿਰ ਭੱਜ ਉੱਠੇ। ਹਰਿਆਣੇ ਦੀ ਪੁਲਿਸ ਕਹਿੰਦੀ ਸੀ ਕਿ ਉਸੇ ਦਿਨ ਜਦੋਂ 39 ਮੌਤਾਂ ਹੋ ਗਈਆਂ ਜੀ, ਉਹਨਾਂ 'ਚੋਂ 28 ਮੌਤਾਂ ਪੰਚਕੂਲੇ 'ਚ ਅਤੇ 11 ਹੋਈਆਂ ਸੀ ਸਿਰਸੇ 'ਚ, ਅਤੇ ਉਹਦੇ ਬਾਅਦ ਪੰਚਕੂਲੇ 'ਚ ਵੀ ਕਰਫਿਊ ਲਾ ਦਿੱਤਾ ਅਤੇ ਸਿਰਸੇ 'ਚ ਵੀ, ਅਤੇ ਇਹ ਕਰਫਿਊ ਲੱਗੇ ਦੇ ਬਾਵਜੂਦ ਰਾਤ ਨੂੰ ਡੇਰੇ 'ਚ ਚਲੀ ਗਈ। ਉਹ ਕਰਫਿਊ ਕੀ ਸੀ, ਡੇਰੇ ਦੀ ਕਹਿੰਦੇ ਸੀ ਘੇਰਾਬੰਦੀ ਕਰ ਲਿੱਤੀ ਜਾਂ ਪੈਰਾਮਿਲਟਰੀ ਫੋਰਸ ਲਾ ਦਿੱਤੀ ਗਈ ਉੱਥੇ, ਅਤੇ ਜੇ ਪੈਰਾਮਿਲਟਰੀ ਫੋਰਸ ਲੱਗੀ ਸੀ ਤਾਂ ਬੀਬੀ ਜਿਹੜੀ ਆ ਪੈਰਾਮਿਲਟਰੀ ਫੋਰਸ, ਜਾਂ ਤਾਂ ਹੁਣ ਸਿੱਧਾ ਕਹਿਣ ਕਿ ਬਾਬਾ ਜੀ ਦੀ ਇੰਨੀ ਸ਼ਕਤੀ ਸੀ ਕਿ ਉਹ ਆਪ ਜੇਲ੍ਹ ਵਿੱਚ ਬੈਠੇ ਵੀ ਪ੍ਰਬੰਧ ਕਰਦੇ ਸੀ ਕਿ ਹਨੀਪ੍ਰੀਤ ਜਦੋਂ ਜਾਵੇ ਸਭ ਦੀਆਂ ਅੱਖਾਂ ਨਹੀਂ ਹੋ ਜਾਣ, ਜਦੋਂ ਹਨੀਪ੍ਰੀਤ ਲੰਘ ਜਾਵੇ ਤਾਂ ਠੀਕ ਠਾਕ ਹੋ ਜਾਣ। ਹਨੀਪ੍ਰੀਤ ਜਿਹੜੀ ਆ ਉਹਦਾ ਨਾਂ ਤਾਂ ਅਖਬਾਰਾਂ ਨੇ ਪਾਪਾ ਦੀ ਪਰੀ ਰੱਖਿਆ ਜੀ ਜੀ, ਕਹੋ ਜੀ ਫਿਰ ਸਿੱਧਾ ਕਹਿ ਦਿਓ ਕਿ ਪਰੀਆਂ ਦੇ ਉੱਤੇ ਇੱਦਾਂ ਹੀ ਜਾਂਦੇ ਹੁੰਦੇ ਆ, ਕਿਤੇ ਜਾਂਦੇ ਹੁੰਦੇ ਦੇਖਦੇ ਥੋੜ੍ਹੇ ਜਿਹਾ, ਇਹ ਤਮਾਸ਼ਾ ਕੀ ਹੁੰਦਾ ਪਿਆ। ਜਿਹੜੀ ਹਰਿਆਣੇ ਦੀ ਪੁਲਿਸ ਪਹਿਲਾਂ ਇਹ ਖੁੱਲ੍ਹ ਦਿੰਦੀ ਰਹੀ ਜੀ, ਉਹਦੇ ਨਾਲ ਹੋਣੀ ਵੀ ਚਾਹੀਦੀ ਸੀ। ਹਰਿਆਣੇ ਦੇ ਪੁਲਿਸ ਕਮਿਸ਼ਨਰ ਨੇ ਅਤੇ ਇਹਨਾਂ ਦੇ ਡੀ ਜੀ ਪੀ ਨੇ ਆਖਿਆ ਸੀ ਕਿ ਹਰਿਆਣੇ 'ਚ 5 ਕਰੋੜ ਪੰਚਕੂਲੇ ਦੇ ਵਿੱਚ 5 ਕਰੋੜ ਰੁਪਈਏ ਖਰਚ ਕਰਕੇ ਹਿੰਸਾ ਕਰਵਾਈ ਗਈ ਜੀ,
ਇਹ 5 ਕਰੋੜ ਜਿਹੜੇ ਆ ਪੰਚਕੂਲੇ ਦੇ ਵਿੱਚ ਤਾਂ ਉਹਨੇ ਚਮਕੌਰ ਸਿੰਘ ਨੇ ਖਰਚੇ, ਪਰ ਉਹਦੇ ਕੋਲ 5 ਕਰੋੜ ਸਿਰਸੇ ਤੋਂ ਉੱਥੇ ਡੇਰੇ ਦੇ ਵਿੱਚ ਕਿਹੜਾ ਕਰਤਾ ਧਰਤਾ ਪੈਸਿਆਂ ਦਾ ਡਾਕਟਰ PR ਨੈਣ ਉਹਨੇ ਭੇਜਿਆ। ਇਹ ਆਖਿਆ ਗਿਆ ਕਿ ਚਮਕੌਰ ਸਿੰਘ ਨੂੰ ਫੜ ਲਿਆ ਅਤੇ PR ਨੈਣ ਸਾਨੂੰ ਵਾਂਟਡ ਹੈ। ਅਤੇ ਜਿਸ ਦਿਨ 14 ਦਿਨ ਬਾਅਦ ਡੇਰੇ ਦੀ ਤਲਾਸ਼ੀ ਕਰਨ ਵਾਸਤੇ ਗਏ, ਤਲਾਸ਼ੀ ਕਰਨ ਵਾਲੀ ਟੀਮ ਦੇ ਨਾਲ ਨਾਲ ਫਿਰ ਕੇ ਹਰ ਕਮਰੇ ਦਾ ਗੇੜਾ PR ਨੈਣ ਮਰਵਾਉਂਦਾ ਰਿਹਾ। ਜੇ DGP ਨੇ ਇਹ ਆਖਿਆ ਸੀ ਕਿ ਡਾਕਟਰ PR ਨੈਣ ਸਾਨੂੰ ਵਾਂਟਡ ਹੈ ਅਤੇ ਫਿਰ ਤਲਾਸ਼ੀ ਕਰਨ ਵਾਲੀ ਟੀਮ ਦੇ ਨਾਲ ਉਹ ਕਿੱਦਾਂ ਤੁਰਿਆ ਫਿਰਦਾ ਸੀ? ਪੰਚਕੂਲੇ ਦੀ ਪੁਲਿਸ ਨੇ ਸਿਰਸੇ ਦੀ ਪੁਲਿਸ ਨਾਲ ਗੱਲ ਨਹੀਂ ਕੀਤੀ ਜੀ? ਇਹਦਾ ਮਤਲਬ ਹਰਿਆਣੇ ਦੀ ਪੁਲਿਸ 'ਚ ਸੱਜੇ ਹੱਥ ਨੂੰ ਪਤਾ ਨਹੀਂ ਮੇਰਾ ਖੱਬਾ ਹੱਥ ਕਿੱਥੇ ਤੁਰਿਆ ਫਿਰਦਾ। ਲੋਕ ਤਾਂ ਕਹਿੰਦੇ ਹਨੇਰੇ 'ਚ ਵੀ ਹੱਥ ਬਗੈਰ ਵੇਖਣ ਕਰੀਏ ਤਾਂ ਇੱਕ ਦੂਸਰੇ ਨਾਲ ਜਾਵਣ ਲੱਗਦੇ ਆ, ਅਤੇ ਹਰਿਆਣੇ ਦੀ ਪੁਲਿਸ ਪੰਚਕੂਲੇ ਦੀ ਅਤੇ ਸਿਰਸੇ ਦੀ ਇੰਨਾ ਫਾਸਲਾ ਕਿ ਪੰਚਕੂਲੇ ਵਾਲੇ ਕਹਿੰਦੇ ਆ PR ਨੈਣ ਸਾਨੂੰ ਵਾਂਟਡ ਆ ਜੀ, ਅਤੇ ਸਿਰਸੇ ਵਾਲੇ ਉਹਦੇ ਨਾਲ ਅੰਦਰ ਡੇਰੇ 'ਤੇ ਤਲਾਸ਼ੀ ਕਰਦੇ ਫਿਰਦੇ ਅਤੇ ਉਹਨੂੰ ਪੁੱਛਦੇ ਨਹੀਂ। ਤਮਾਸ਼ਾ ਕੀ ਹੁੰਦਾ ਪਿਆ? ਜਿਹੜੀ ਹਰਿਆਣੇ ਦੀ ਪੁਲਿਸ ਨੇ ਇੰਨੇ ਤਮਾਸ਼ੇ ਕੀਤੇ ਸੀ ਜੀ, ਉਸ ਪੁਲਿਸ ਦੇ ਨਾਲ ਹੁਣ ਇਸ ਵੇਲੇ ਹਨੀਪ੍ਰੀਤ ਪੂਰੀ ਡਰਾਮੇਬਾਜ਼ੀ ਕਰ ਰਹੀ ਹੈ। ਉਹਨੂੰ ਇਹ ਪਤਾ ਕਿ ਹੱਥ ਮੈਨੂੰ ਇਹ ਲਾ ਨਹੀਂ ਸਕਦੇ। ਅੱਛਾ, ਹੋਰ ਕੋਈ ਕੁੜੀ ਹੁੰਦੀ ਇੱਦਾਂ ਦਾ ਕੇਸ ਹੁੰਦਾ ਜੀ ਜੀ, ਹੁਣ ਤੱਕ ਭਲਾ ਉਹਨੇ ਸਾਰਾ ਕੁਝ ਦੱਸਿਆ ਨਾ ਹੁੰਦਾ? ਲੋਕ ਤਾਂ ਕਹਿੰਦੇ ਆ ਕਿ ਥਾਣੇ 'ਚ ਜਾਣ ਤੋਂ ਬਾਅਦ ਪੱਥਰ ਵੀ ਬੋਲ ਪੈਂਦੇ ਜੀ। ਉਹ ਪਟਾ 'ਤੇ ਲਿਖਿਆ ਹੁੰਦਾ ਨਾ, ਪਟੇ 'ਤੇ ਤੂੰ ਨਾ ਬੋਲੀ ਮੈਂ ਆਪੇ ਬੁਲਾ ਲਊਂ, ਉਹ ਵੀ ਲਿਖਿਆ ਤਾਂ ਨਹੀਂ ਵਰਤਦੇ? ਉਹ ਵੀ ਲਿਖਿਆ ਹੁੰਦਾ। ਸਾਡੇ ਤਾਂ ਇੱਥੇ ਇਹ ਵੀ ਮਸ਼ਹੂਰ ਹੈ ਕਿ ਮਨਿਸਟਰ ਦਾ ਹਿਰਨ ਗੁਆਚ ਗਿਆ ਸੀ ਅਤੇ ਪੁਲਿਸ ਵਾਲਿਆਂ ਨੂੰ ਆਖਿਆ ਸੀ ਅਤੇ 24 ਘੰਟਿਆਂ ਦੇ ਅੰਦਰ ਇੱਕ ਹਾਥੀ ਫੜ ਲਿਆ ਸੀ ਅਤੇ ਆ ਕੇ ਕਹਿੰਦੇ ਜੀ ਤੁਹਾਡਾ ਹਿਰਨ ਲੱਭ ਗਿਆ। ਮੰਤਰੀ ਕਹਿੰਦਾ ਹਿਰਨ ਆ? ਅਤੇ ਉਹ ਹਾਥੀ ਉੱਠ ਕੇ ਕਹਿੰਦਾ ਨੀਵਾਂ ਜਿਹਾ ਹੋ ਕੇ ਨਾ ਅਤੇ ਸੁਣ ਚੁੱਕ ਕੇ ਕਹਿੰਦਾ ਹਾਂ ਜਨਾਬ ਹੈ ਤਾਂ ਮੈਂ ਹਿਰਨੀ ਆ, ਜਰਾ ਮੈਂ ਭੇਸ ਵਟਾਇਆ। ਅਤੇ ਉਹ ਪੁਲਿਸ ਵਾਲੇ ਕਹਿੰਦੇ ਜੀ ਫੜ ਤੇ ਕੱਲ ਹੀ ਲਿਆ ਸੀ, ਇਕਬਾਲ ਕਰਦਿਆਂ 24 ਘੰਟੇ ਲਾਤੇ। ਸੋ ਗੱਲ ਹੋਈ ਜਿਹੜੀ ਇਹ ਬੀਬੀ ਹੈ ਇਹਨੂੰ ਇਕਬਾਲ ਕਰਦਿਆਂ ਕਿੰਨਾ ਚਿਰ ਲੱਗੂਗਾ, ਕਿਉਂਕਿ ਪਤਾ ਕਿ ਇਹਦੇ ਨਾਲ ਕੋਈ ਜਾਤੀ ਨਹੀਂ ਹੋ ਸਕਦੀ। ਅਸੀਂ ਵੀ ਨਹੀਂ ਕਹਿੰਦੇ ਜਾਤੀ ਕਰੋ ਜੀ ਜੀ, ਪਰ ਕੁਝ ਕਾਨੂੰਨੀ ਕੁੰਡੀਆਂ ਜਿਹੜੀਆਂ ਉਹ ਤੇ ਮਿਲਾ ਕੇ ਹਰਿਆਣੇ ਦੀ ਪੁਲਿਸ ਨੂੰ ਲੱਭਣੇ ਪੈਣਗੇ। ਆਮ ਆਦਮੀ ਨਾਲ ਜੋ ਕੁਛ ਹੁੰਦਾ ਜੀ ਜੀ, ਇਹਨਾਂ ਦਾ ਜਿੰਨਾ ਜੁਰਮ ਹੈ, ਸਟੇਟ ਨਾਲ ਧੋਖਾ, ਉਹਦੇ ਉੱਤੇ ਕੇਸ ਕਿਹੜਾ ਬਣਿਆ? ਦੇਸ਼ ਨਾਲ ਧਰੋਹ ਦਾ, ਦੇਸ਼ ਧਰੋਹ ਦਾ ਕੇਸ ਬਣਿਆ ਹੋਵੇ ਜੀ, ਅਤੇ ਫਿਰ ਉਸ ਬੀਬੀ ਤੋਂ ਪੁੱਛਿਆ ਨਾ ਜਾਵੇ ਕੁਛ ਵੀ, ਤਾਂ ਫਿਰ ਹਰਿਆਣੇ ਦੀ ਪੁਲਿਸ ਦੀ ਕਮਜ਼ੋਰੀ ਹੈ, ਜਾਂ ਤਾਂ ਕਾਨੂੰਨ ਨੂੰ ਧੋਖਾ ਦੇ ਰਹੀ ਹੈ ਜੀ ਜੀ, ਜਾਂ ਜਨਤਾ ਨੂੰ ਧੋਖਾ ਦੇ ਰਹੀ ਹੈ, ਜਾਂ ਫਿਰ ਕੋਈ ਨਾ ਕੋਈ ਆਸ਼ੀਰਵਾਦ ਹੈ ਜੇ ਉੱਪਰ ਹੈਗਾ। ਅੱਛਾ, ਮੈਂ ਸਵਾਲ ਵੀ ਤੁਹਾਡੇ ਨਾਲ ਦੇ ਨਾਲ ਥੋੜ੍ਹੇ ਬਹੁਤ ਲੈ ਲਵਾਂ ਜੀ, ਇਹ ਨਾ ਹੋਏ ਤੁਸੀਂ ਮੈਨੂੰ ਕਿਤੇ ਉਲਾਂਭਾ ਹੀ ਦੇ ਦਿਓ, ਬਾਅਦ 'ਚ ਵੀ ਸੰਧਾਂ ਵਾਲੀ ਹੈ ਸਾਹਿਬ, ਤੁਸੀਂ ਸਾਡੀ ਗੱਲ ਨਹੀਂ ਸੁਣਦੇ। ਅੱਛਾ ਜੀ, ਮੈਂ ਨਾ ਆਪਾਂ ਥੋੜ੍ਹੇ ਥੋੜ੍ਹੇ ਇਸ ਵਕਫੇ ਦੇ ਵਿੱਚ ਤੁਸੀਂ ਜ਼ਰੂਰ ਸਾਰੇ ਸਵਾਲਾਂ ਦੇ ਉੱਪਰ ਗੱਲ ਕਰੋ। ਆਯੂਸ਼ ਸ਼ਰਮਾ ਜੀ ਦਾ ਕਹਿਣਾ ਵੀ ਸਵੱਛਤਾ ਹੀ ਸੇਵਾ, ਇਹ ਮੁਹਿੰਮ ਬੜੀ ਚਲਾਈ ਗਈ ਸੀਗੀ, ਇਹ ਕਿੰਨੀ ਸਫਲ ਹੋਈ ਲੱਗਦੀ ਤੁਹਾਨੂੰ? ਇਹ ਇਹਨਾਂ ਨੂੰ ਵੇਖਣਾ ਚਾਹੀਦਾ ਕਿੰਨੀ ਕੁ ਸੇਵਾ ਸਫਲ ਹੋਈ ਆ ਜੀ। ਇੰਨਾ ਠੀਕ ਹੈ ਕਿ ਪਿੰਡਾਂ ਤੱਕ ਵੀ ਘਰ ਘਰ ਟਾਇਲਟਸ ਬਣ ਗਈਆਂ ਨੇ ਜੀ, ਪਰ ਜਿਹੜੇ ਪਿੰਡਾਂ ਦੇ ਵਿੱਚ ਸੀਵਰੇਜ ਸਿਸਟਮ ਨਹੀਂ ਅਜੇ ਪਾਇਆ ਗਿਆ, ਅੰਡਰਗਰਾਊਂਡ ਪਾਈਪਾਂ ਸੀਵਰੇਜ ਨੇ ਨਹੀਂ ਪਾਈਆਂ ਜੀ, ਉੱਥੇ ਟਾਇਲਟ ਸਿਸਟਮ ਚੱਲਦਾ ਕਿੱਦਾਂ? ਗਰਕੀ ਬਣਾ ਦਿੰਦੇ ਆ, ਇੱਕ ਟੋਆ ਪੁੱਟ ਦਿੰਦੇ ਆ, ਉਹਦੇ ਉੱਤੇ ਟਾਇਲਟ ਸ਼ੀਟ ਲਾ ਦਿੰਦੇ ਆ ਜੀ। ਗਰਕੀ ਦਾ ਮਤਲਬ ਇਹ ਆ ਕਿ ਜਿੰਨਾ ਤੁਹਾਡਾ ਗੰਦ ਆ ਉਹ ਥੱਲੇ ਜ਼ਮੀਨ 'ਚ ਗਰਕ ਹੁੰਦਾ ਜਾਵੇਗਾ, ਉਹ ਗਰਕ ਹੁੰਦਾ ਜਾਂਦਾ ਹੁੰਦਾ ਜਾਂਦਾ ਹੁੰਦਾ ਜਾਂਦਾ, ਹੌਲੀ ਹੌਲੀ ਫਿਰ ਥੱਲੇ ਜਾ ਕੇ ਜਿਹੜਾ ਪਾਣੀ ਵਾਲਾ ਪੱਤਨ ਉਹਦੇ 'ਚ ਰਲ ਜਾਂਦਾ, ਉੱਥੋਂ ਫਿਰ ਉਹ ਨਲਕੇ 'ਚ ਨਿਕਲਣਾ ਪੈਂਦਾ ਜੀ। ਲੋਕਾਂ ਨੇ ਘਰਾਂ 'ਚ ਅੱਗੇ ਨਲਕੇ ਲਾਏ ਹੁੰਦੇ ਸੀ, ਨਲਕਿਆਂ ਦੇ ਥਾਂ 'ਤੇ ਹੁਣ ਬੋਰ ਕਰਤੇ ਆ, ਮੋਟਰਾਂ ਲਾ ਦਿੱਤੀਆਂ ਨੇ, ਮੋਟਰਾਂ ਪਾਣੀ ਬੜੇ ਜ਼ੋਰ ਨਾਲ ਸੂਟਾ ਮਾਰ ਕੇ ਖਿੱਚਦੀਆਂ, ਉਹ ਗੰਦ ਖਿੱਚਦੀਆਂ। ਲੋਕਾਂ ਨੂੰ ਇਹ ਪਤਾ ਕਿ ਉਹ ਗੰਦ 'ਚ ਆ ਸਕਦਾ, ਇਸ ਕਰਕੇ ਘਰ ਦੇ ਵਿੱਚ ਪਾਣੀ ਵਾਲੀ ਮੋਟਰ ਉਸ ਪਾਸੇ ਲਾਈ ਹੈ ਅਤੇ ਗਰਕੀ ਇਸ ਪਾਸੇ ਬਣਾਈ ਹੈ, ਪਰ ਇਹ ਨਹੀਂ ਵੇਖਿਆ ਕਿ ਸਾਡੀ ਗਰਕੀ ਦੇ ਲਾਗੇ ਗੁਆਂਢੀਆਂ ਦੀ ਮੋਟਰ ਲੱਗੀ ਹੈ ਅਤੇ ਗੁਆਂਢੀਆਂ ਦੀ ਗਰਕੀ ਦੇ ਲਾਗੇ ਸਾਡੀ ਮੋਟਰ ਲੱਗੀ ਹੈ, ਯਾਨੀ ਇੱਕ ਦੂਸਰੇ ਦੇ ਘਰ ਦਾ ਗੰਦ ਖਿੱਚਿਆ ਜਾ ਰਿਹਾ। ਜਦ ਤੱਕ ਤੁਸੀਂ ਸੀਵਰੇਜ ਨਹੀਂ ਪਾਉਂਦੇ ਪਿੰਡਾਂ 'ਚ ਜੀ, ਇਹ ਟਾਇਲਟ ਸੀਟ ਸਲਵਾ ਕੇ ਅਤੇ ਗਰਕੀਆਂ ਬਣਾਉਣ ਦਾ ਕੀ ਮਤਲਬ ਹੈ? ਆ ਮਾਝੇ ਦੇ ਪਿੰਡਾਂ ਦੇ ਵਿੱਚ, ਆ ਸ਼ਾਹਕੋਟ ਲੋਹੀਆਂ ਦੇ ਵਿੱਚ, ਇਹਨਾਂ ਸਭ ਥਾਵਾਂ 'ਤੇ ਜਿਹੜਾ ਕਾਲਾ ਪੀਲੀਆ ਹੈਪੇਟਾਈਟਸ ਬੀ ਸੀ ਜਿਹੜਾ ਫੈਲਣ ਦਾ ਕਾਰਨ ਹੀ ਹੈ ਕਿ ਉੱਥੇ ਗੰਦ ਬਹੁਤ ਪੈ ਗਿਆ ਸੀ, ਪਾਣੀ ਜ਼ਮੀਨ 'ਚੋਂ ਵੀ ਗੰਦਾ ਨਿਕਲਣਾ ਪਿਆ ਜੀ। ਉਹ ਇਹਦੇ ਨਾਲ ਉੱਥੇ ਚੰਗਾ ਇਹ ਸੀ ਕਿ ਜਦ ਤੱਕ ਸੀਵਰੇਜ ਨਹੀਂ ਪੈਂਦਾ ਉਹਨਾਂ ਲੋਕਾਂ ਨੂੰ ਪਿੰਡਾਂ 'ਚ ਖੇਤਾਂ 'ਚ ਜਾਣ ਦੀ ਖੁੱਲ੍ਹ ਦਿੱਤੀ ਜਾਂਦੀ, ਅਤੇ ਹੁਣ ਇਹ ਹੈ ਨਹੀਂ ਜੀ ਜੀ। ਅਤੇ ਹਾਂ ਠੀਕ ਹੈ, ਸਰਕਾਰ ਨੂੰ ਕਮਾਈ ਜ਼ਰੂਰ ਹੋ ਰਹੀ ਆ, ਮੇਰੇ ਕੋਲ ਪਰਸੋਂ ਇੱਕ ਮੈਸੇਜ ਆਇਆ ਸੀ ਕਿ ਉੱਥੇ ਲੁਧਿਆਣੇ 'ਚ ਸਰਕਾਰੀ ਜਿਹੜੇ ਕਮਿਊਨਿਟੀ ਟਾਇਲਟਸ ਨੇ ਜੀ, ਉੱਥੇ ਇੱਕ ਬੰਦਾ ਗਿਆ, ਜਦੋਂ ਬਾਹਰ ਆਇਆ ਅਤੇ
ਉਹਦੀ 6 ਰੁਪਏ ਦੀ ਪਰਚੀ ਕੱਟੀ ਗਈ, ਉਹਦੇ ਉੱਤੇ ਲਿਖਿਆ ਕਿੰਨੇ ਆਦਮੀ, 1 ਟਾਇਲਟ ਗਿਆ 5 ਰੁਪਈਏ, ਥੱਲੇ ਲਿਖਿਆ GST 1 ਰੁਪਈਆ। ਹਾਂ, ਆਹ ਕੰਮ ਨਵਾਂ ਹੋਇਆ, ਅੱਗੇ ਤਾਂ ਨਹੀਂ ਸੀ ਹੁੰਦਾ। ਹੁਣ ਮੈਨੂੰ ਨਹੀਂ ਪਤਾ ਸੱਚ ਹੈ ਕਿ ਝੂਠ ਹੈ, ਪਰ ਉਹਨੇ ਪਰਚੀ ਵਟਸਐਪ ਦੇ ਉੱਤੇ ਭੇਜੀ ਹੈ, ਕਹਿੰਦੇ ਜੀ ਹੁਣ ਆਹ ਵੀ ਹੋ ਰਿਹਾ ਜੇ ਕਮਿਊਨਿਟੀ ਟਾਇਲਟਸ ਜਿਹੜੀਆਂ ਬਣੀਆਂ ਨੇ, ਉਹਦਾ ਨਾਂ ਰੱਖਦੇ ਆ ਸੁਲਭ ਸ਼ੌਚਾਲਿਆ। ਜੀ ਜੀ, ਸੁਲਭ ਸ਼ੌਚਾਲਿਆ 'ਤੇ ਗਿਆ ਅਤੇ ਉਹਦੀ ਪਰਚੀ ਕੱਟੀ ਗਈ, ਉਹਦੇ ਉੱਤੇ ਵੀ GST ਲੱਗ ਗਿਆ। ਅੱਛਾ, ਤੁਸੀਂ GST ਵਾਲਾ ਜ਼ਿਕਰ ਕੀਤਾ, ਮੈਂ ਜ਼ਰੂਰ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ। ਹੁਣ GST ਕੌਂਸਲ ਦੀ ਕੱਲ੍ਹ ਮੀਟਿੰਗ ਹੋਈ ਹੈ, ਉਹਦੇ 'ਚ ਕਈ ਚੀਜ਼ਾਂ ਦੇ ਉੱਪਰ ਉਹਨਾਂ ਨੇ ਟੈਕਸ ਘਟਾਇਆ, ਕਈ ਵਧਾਇਆ, ਕਈਆਂ ਨੂੰ ਕਿਹਾ ਕਿ ਤੁਹਾਨੂੰ ਰਿਟਰਨ ਮਹੀਨੇ ਬਾਅਦ ਨਹੀਂ ਫਾਈਲ ਕਰਨ ਦੀ ਲੋੜ, ਬਹੁਤ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਤਰਕ ਸੰਗਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ। ਮੋਦੀ ਸਾਹਿਬ ਨੇ ਨਾਲ ਦੀ ਨਾਲ ਕਿਹਾ ਜੀ ਇਹ ਜੋ ਕੀਤਾ ਹੈ ਤਾਂ ਬਹੁਤ ਹੀ ਵਧੀਆ, ਇਹਦੇ ਬਾਰੇ ਤੁਸੀਂ ਦੱਸੋ ਜ਼ਰੂਰ। ਦੇਖੋ, ਇਹਦੇ 'ਚ ਪਹਿਲੀ ਗੱਲ ਹੈ ਕਿ ਜਦੋਂ ਲੋਕ ਕਹਿੰਦੇ ਸੀ ਗਲਤ ਹੋਇਆ ਜੀ, ਅਤੇ ਮੋਦੀ ਸਾਹਿਬ ਕਹਿੰਦੇ ਸੀ ਕੋਈ ਗਲਤ ਹੋਇਆ ਹੀ ਨਹੀਂ। ਅਰੁਣ ਜੇਤਲੀ ਸਾਹਿਬ ਉਹਦੇ ਨਾਲ ਜ਼ਿਆਦਾ ਹਿੱਕ ਠੋਕ ਕੇ ਕਹਿੰਦੇ ਸੀ ਗਲਤ ਨਹੀਂ ਹੋਇਆ ਜੀ। ਕਾਰੋਬਾਰੀ ਇਹ ਕਹਿੰਦੇ ਸੀ ਕਿ ਅਸੀਂ ਇੱਕ ਬੰਦਾ ਇਸੇ ਕੰਮ 'ਤੇ ਰੱਖ ਦਈਏ ਕਿ ਰਿਟਰਨਾਂ ਹੀ ਭਰਦਾ ਰਹੇ, ਮਹੀਨੇ 'ਚ 3 ਰਿਟਰਨਾਂ, ਸਾਲ ਦੀਆਂ 12 ਅਤੇ 36 ਅਤੇ 1 ਇਨਕਮ ਟੈਕਸ ਦੀ ਰਲਾ ਕੇ 37 ਬਣਦੀਆਂ। ਪਹਿਲਾਂ 3 ਮਹੀਨੇ 1 ਰਿਟਰਨ ਹੁੰਦੀ ਸੇਲਸ ਟੈਕਸ ਦੀ, ਸਾਲ ਦੀ 1 ਪਾ ਕੇ ਇਨਕਮ ਟੈਕਸ ਦੀ, ਸਿਰਫ 4 ਅਤੇ 1 5 ਹੁੰਦੀਆਂ ਸੀ, ਹੁਣ 37 ਨੇ ਇਸੇ ਕੰਮ ਲੱਗ ਰਹੇ। ਚਾਰਟਡ ਅਕਾਊਂਟੈਂਟਸ ਨੇ ਆਪਣੇ ਰੇਟ ਵਧਾ ਦਿੱਤੇ ਸੀ ਜੀ, ਦੁਕਾਨ ਦੇ ਉੱਤੇ ਵੀ ਇਹੀ ਗਿਣਤੀ ਮਿਣਤੀ ਚੱਲਦੀ ਸੀ, ਹੁਣ ਸਰਕਾਰ ਨੇ ਆਪ ਮੰਨ ਲਿਆ ਜੀ ਇਹ ਬੜਾ ਖਿੱਚਣ ਵਾਲਾ ਕੰਮ ਹੈ। ਕੱਲ੍ਹ ਇਹ ਕਹਿ ਦਿੱਤਾ ਕਿ ਹੁਣ 3 ਮਹੀਨਿਆਂ ਬਾਅਦ ਰਿਟਰਨ ਭਰਨੀ ਪਊਗੀ, ਹਰ ਮਹੀਨੇ ਨਹੀਂ ਭਰਨੀ ਪਊ ਜੀ। ਚਲੋ, ਕੋਈ ਥੋੜ੍ਹਾ ਸਾਹ ਸੌਖਾ ਹੋ। ਅਗਲੀ ਗੱਲ ਹੋਰ ਹੈ ਜਿਹੜੀ ਨੋਟ ਕਰਨ ਵਾਲੀ, ਉਹ ਇਹ ਕਿ ਇੱਕੋ ਦੁਕਾਨ 'ਤੇ ਜੇ ਮੇਵਿਆਂ ਦੇ ਉੱਤੇ 5% ਹੋਵੇ, ਜਿਹੜਾ ਕਿਸ਼ਮਿਸ਼ ਉਹਦੇ ਉੱਤੇ 12% ਹੋਵੇ ਜੀ, ਇੱਦਾਂ ਦੀ ਇੱਕ ਹੋਰ ਚੀਜ਼ ਹੈ ਉੱਤੇ 18% ਹੋਵੇ, ਕੋਈ ਬੰਦਾ ਆ ਜਾਂਦਾ ਵਿਆਹ ਵਾਸਤੇ ਲੈਣ ਵਾਸਤੇ, ਜਾਂ ਕੋਈ ਦੁਕਾਨਦਾਰ ਛੋਟਾ ਦੁਕਾਨਦਾਰ ਵੱਡੇ ਕੋਲ ਚੱਲ ਜਾਂਦਾ ਜੀ, ਆ ਇੰਨੇ ਮੇਵੇ ਦੇ ਦਿਓ, ਇੰਨੇ ਬਦਾਮ ਦੇ ਦਿਓ, ਇੰਨੇ ਕਿਸ਼ਮਿਸ਼ ਦੇ ਦਿਓ, ਆ ਪਿਸਤਾ ਦੇ ਦਿਓ, ਇੱਕੋ ਰੇਟ ਹੋਵੇ ਅਤੇ ਸਾਰਿਆਂ ਦੇ ਮੁੱਲ ਲਾ ਕੇ ਵੇਖੇਗਾ 1800 ਰੁਪਈਆ ਬਣਿਆ, ਉਹਦੇ ਉੱਤੇ 5% ਲਾਵੇ ਤਾਂ 90 ਰੁਪਈਏ ਬਣ ਜਾਣਗੇ ਜੀ, ਜੇ 12% ਲਾਵੇ ਅਤੇ ਫਿਰ ਉਹਦੇ ਹਿਸਾਬ ਨਾਲ ਬਣ ਗਏ 98 ਬਣ, ਪਰ ਬਣ ਗਏ ਤਾਂ ਇਕੱਠੇ ਨਾ। ਹੁਣ ਉਹਨੂੰ ਕੀ ਕਰਨਾ ਪੈਂਦਾ, ਉਹਦੇ 'ਚੋਂ ਵੇਖਣਾ ਪੈਂਦਾ ਕਿ ਆ ਆ ਆ ਆਈਟਮਾਂ 5% ਵਾਲੀਆਂ ਨੇ, ਆਹ 12 ਵਾਲੀਆਂ ਨੇ, ਆਹ 18 ਵਾਲੀਆਂ ਨੇ, ਜਿੰਨਾ ਚਿਰ ਤੱਕ ਉਹ ਵੱਖੋ ਵੱਖਰੀਆਂ ਆਈਟਮਾਂ ਦਾ ਜੋੜ ਲਾਉਂਦਾ, ਉਹਨਾਂ ਦੇ ਵੱਖੋ ਵੱਖਰੇ ਟੈਕਸ ਲਾਉਂਦਾ, ਉਹਨਾਂ ਸਾਰੇ ਟੈਕਸਾਂ ਨੂੰ ਮੁੜ ਕੇ ਜੋੜਦਾ, ਫਿਰ ਉਹ ਪਰਚੀ ਕਰਦਾ, ਉਹਨੇ ਚਿਰ 'ਚ ਉਹਨੇ 3 ਗਾਹਕ ਭੁਗਤਾ ਲੈਣੇ ਸੀ, ਉਹ ਕਹਿੰਦੇ ਤੂੰ ਤਾਂ ਆਹ 3-13 'ਚ ਹੀ ਪੈ ਗਿਆ, ਅਸੀਂ ਦੂਜੀ ਦੁਕਾਨ ਤੋਂ ਸਮਾਨ ਲੈ ਲੈਂਦੇ ਜੀ ਜੀ। ਇੱਕ ਹੋਰ ਚੀਜ਼ ਆ, ਉਹ ਕੀ ਆ ਕਿ ਇਹਨਾਂ ਨੇ ਨਵਾਂ ਸਿਸਟਮ ਕਰਤਾ ਕਿ ਜੇ ਤੁਸੀਂ ਡਰਾਈ ਫਰੂਟ ਲੈਣਾ ਖੁੱਲ੍ਹਾ ਜੀ, ਉਹਦੇ ਉੱਤੇ ਫਰਜ਼ ਕਰੋ 5% ਟੈਕਸ ਲੱਗਦਾ, ਉਹਨੂੰ ਤੁਸੀਂ ਪਾ ਲਓ ਬਕਸੇ 'ਚ, ਡੱਬੇ 'ਚ, ਡੱਬੇ ਦੇ ਉੱਤੇ 12% ਲੱਗਦਾ, ਪਰ ਜੇ ਡੱਬੇ 'ਚ ਪਾਇਆ ਪੁਆਇਆ ਪੈਕਡ ਹੋਵੇ ਫਿਰ 18% ਲੱਗਦਾ। ਇਹਦੇ ਨਾਲ ਕੀ ਆ, ਫਰਜ਼ ਕਰੋ ਤੁਸੀਂ 1000 ਰੁਪਏ ਦਾ ਡਰਾਈ ਫਰੂਟ ਲਿਆ ਜੀ, 5% ਨਾਲ ਕਿੰਨਾ ਟੈਕਸ ਬਣਿਆ, 50 ਰੁਪਏ। ਇੱਕ ਤੁਸੀਂ ਡੱਬਾ ਲਿਆ 100 ਰੁਪਏ ਦਾ, ਉਹਦੇ ਉੱਤੇ 12% ਦਾ ਟੈਕਸ ਕਿੰਨਾ ਬਣਿਆ, 120 ਰੁਪਏ। 50 ਅਤੇ 120 ਨਾ 12 ਰੁਪਏ ਬਣੇ, 50 ਅਤੇ 12 ਕਿੰਨੇ ਬਣ ਗਏ, 62 ਕੁੱਲ ਬਣੇ। ਜੇ ਉਹ ਹੀ ਪਹਿਲਾਂ ਡੱਬਾ ਬਣਿਆ ਹੋਵੇ ਪੈਕਡ ਹੋਵੇ ਜੀ, ਅਤੇ 1000 ਦਾ ਫਰੂਟ ਆ ਅਤੇ 100 ਰੁਪਇਆ ਡੱਬੇ ਦਾ ਮੁੱਲ ਆ, ਉਹ 110 ਦੇ ਉੱਤੇ 18% GST ਲੱਗੇ, ਉਹ ਬਣੇਗੀ 198 ਰੁਪਏ। ਉਹੋ ਹੀ ਫਰੂਟ ਆ, ਉਹੋ ਹੀ ਡੱਬਾ, ਉੱਦਾਂ ਤੁਹਾਨੂੰ 62 ਰੁਪਈਆਂ 'ਚ ਮਿਲਣਾ ਸੀ, ਇੱਦਾਂ ਕਿਉਂਕਿ ਪੈਕਡ ਆ ਬਣਿਆ ਬਣਿਆ ਮਿਲਦਾ, ਅਤੇ ਦਿਵਾਲੀ 'ਤੇ ਪੈਕ ਕੀਤੇ ਮਿਲਣੇ ਆ ਜੀ, ਉਹਦੇ ਦੇਣੇ ਪੈਣੇ 198। ਜਦੋਂ 198 ਦੇਣੇ ਪਏ ਤਾਂ ਇਹਦਾ ਮਤਲਬ ਕਿ 136 ਰੁਪਏ ਵੱਧ ਦੇਣੇ ਪੈਣਗੇ ਜੀ। ਉਹ ਲੋਕਾਂ ਨੂੰ ਕੀ ਚੱਟੀ ਪਈ ਆ, ਫਿਰ ਲੋਕ ਪੈਕਡ ਸਮਾਨ ਦੇ ਬਜਾਏ ਦੁਕਾਨਾਂ ਤੋਂ ਜਾ ਕੇ ਖੁੱਲ੍ਹਾ ਲੈਣਗੇ। ਗੁਜਰਾਤ ਦੇ ਵਿੱਚ ਦਾਲਾਂ ਦਾ ਕਾਰੋਬਾਰ ਬਹੁਤ ਹੈ, ਮੋਦੀ ਸਾਹਿਬ ਦਾ ਆਪਣਾ ਇਲਾਕਾ। ਦਾਲਾਂ ਦੇ ਇੱਕ ਕਾਰੋਬਾਰੀ ਨੇ ਆਖਿਆ ਜਿਹੜੀਆਂ ਬ੍ਰਾਂਡਡ ਦਾਲਾਂ ਨੇ, ਸਾਡਾ ਬ੍ਰਾਂਡ 40 ਸਾਲਾਂ ਤੋਂ ਚੱਲਦਾ ਪਿਆ ਜੀ, ਰਜਿਸਟਰਡ ਆ ਪਿਓ ਦਾਦੇ ਦੇ ਵੇਲੇ ਤੋਂ। ਉਹਦੇ ਉੱਤੇ ਪਹਿਲਾਂ ਇਹਨਾਂ ਨੇ ਲਾਇਆ ਸੀ 5% GST, ਅਤੇ ਅਸੀਂ ਉਹ ਔਖੇ ਸੌਖੇ ਦਿੰਦੇ ਸੀ, ਦੂਸਰੇ ਜਿਹੜੇ ਖੁੱਲ੍ਹਾ ਵੇਚਦੇ ਸੀ ਉਹਨਾਂ 'ਤੇ ਨਹੀਂ ਸੀ। ਹੁਣ ਕਹਿੰਦਾ ਜੀ ਉਹਦਾ ਵਧਾ ਦਿੱਤਾ 12 ਕਰਤਾ ਜੀ, ਜੇ ਬ੍ਰਾਂਡਡ ਦਾ 12 ਕਰਤਾ ਅਤੇ ਅਨਬ੍ਰਾਂਡਡ ਜਿਹੜਾ ਖੁੱਲ੍ਹਾ ਹੈ ਜਿਹਦਾ ਕੋਈ ਸਟੈਂਡਰਡ ਨਹੀਂ,
ਜਿਹਦੀ ਕੋਈ ਡਿਗਰੀ ਨਹੀਂ, ਉਹ ਬਾਜ਼ਾਰ 'ਚ 12% ਤੋਂ ਬਗੈਰ ਵਿਕਦਾ ਪਿਆ। ਸਾਡਾ 1000 ਦੇ ਨਾਲ 12% ਦੇ ਹਿਸਾਬ ਨਾਲ 120 ਰੁਪਏ ਹੋਰ ਦੇਣੇ ਪੈਣੇ ਆ। ਉੱਥੇ 1000 ਦਾ ਮਾਲ 1000 'ਚ ਮਿਲ ਜਾਣਾ, 1000 ਵਿੱਚ ਹੀ ਮਿਲ ਜਾਣਾ। ਫਿਰ ਉਹ ਕਹਿੰਦੇ ਜੀ ਬ੍ਰਾਂਡਡ ਮਾਲ ਲੋਕ ਕਿਉਂ ਲੈਣਗੇ? ਜਿਹੜੀਆਂ ਸਟੈਂਡਰਡ ਦੀਆਂ ਦੁਕਾਨਾਂ ਸੀ, ਜਿਨ੍ਹਾਂ ਦਾ ਕੰਮ ਚੱਲਦਾ ਸੀ, ਉਹ ਸਾਰੀਆਂ ਹੁਣ ਫੇਲ ਹੁੰਦੀਆਂ ਜਾ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਅਜੇ ਵੀ ਇਹਨਾਂ ਨੂੰ ਮੁੜ ਮੁੜ ਕੇ ਵੇਖਣੀਆਂ ਪੈਣੀਆਂ। ਜਿਹੜੀ ਇਹ ਵੇਖਣ ਨੂੰ ਤਿਆਰ ਨਹੀਂ, ਇੰਨਾ ਜ਼ਰੂਰ ਚੰਗਾ ਕਰ ਦਿੱਤਾ ਕਿ ਅੱਗੇ 2 ਲੱਖ ਤੋਂ ਥੱਲੇ ਵੀ ਇਹਨਾਂ ਨੇ ਆਖਿਆ ਸੀਗਾ ਕਿ ਉਹ 2 ਲੱਖ ਤੱਕ ਜਿਹੜਾ ਹੈਗਾ ਗਹਿਣੇ ਵੀ ਖਰੀਦਣੇ ਆ ਅਤੇ ਪੈਨ ਨੰਬਰ ਲਿਆ ਇਨਕਮ ਟੈਕਸ ਦਾ। ਹੁਣ ਉਹ ਕੁਝ ਚੀਜ਼ਾਂ 'ਚ ਛੋਟਾਂ ਦੇ ਦਿੱਤੀਆਂ ਨੇ, ਪਰ ਜਿੰਨੀਆਂ ਕੁ ਛੋਟਾਂ ਦਿੱਤੀਆਂ ਕੋਈ ਬਹੁਤੀਆਂ ਜ਼ਿਆਦੀਆਂ ਨਹੀਂ। ਜੀ ਜੀ, ਸੋ ਕੁੱਲ ਮਿਲਾ ਕੇ ਜਿਹੜਾ ਝਮੇਲਾ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਬਹੁਤ ਛੇਤੀ ਨਿਬੇੜ ਦਿੱਤਾ, ਉਹ ਝਮੇਲਾ ਐਡੀ ਛੇਤੀ ਨਿਬੇੜਨ ਵਾਲਾ ਹੈ ਨੀਗਾ। ਜਿੱਦਾਂ ਬਦਾਮਾਂ ਵਾਲੀ ਗੱਲ ਦੱਸੀ, ਮੋਟਾ ਮੋਟਾ ਕੰਮ ਮੈਂ ਤੁਹਾਨੂੰ ਦੱਸਦਾ ਜੀ, ਪਿਛਲੇ ਦਿਨ ਇੱਕ ਲੱਕੜ ਦੇ ਨਾਲ ਲੱਕੜ ਵਾਲੇ ਵਪਾਰੀ ਨਾਲ ਵਾਹ ਪਿਆ ਸੀਗਾ ਜੀ, ਅਤੇ ਉਹਨਾਂ ਦਾ ਕਹਿਣ ਤੋਂ ਭਾਵ ਇਹ ਸੀ ਕਿ ਜੇ ਚੁਗਾਠਾਂ ਲੈਣੀਆਂ ਬਣੀਆਂ ਬਣਾਈਆਂ ਉਹਨਾਂ ਦਾ ਮੁੱਲ ਹੋਰ ਹੈ, ਅਤੇ ਜੇ ਤੁਸੀਂ ਲੱਕੜ ਕਹਿ ਕੇ ਲੈਣੀ ਆ ਤਾਂ ਫਿਰ ਹੋਰ ਮੁੱਲ ਹੈ। ਸੋ ਇਹ ਜਿਹੜਾ ਕਹਾਣੀ ਬਦਲ ਜਾਂਦੀ ਹੈ ਵੀ ਚੀਜ਼ ਨੂੰ ਥੋੜ੍ਹਾ ਜ਼ਿਆਦਾ ਰੂਪ ਬਦਲ ਜਾਂਦਾ ਅਤੇ ਅਚਾਨਕ ਟੈਕਸ ਰੇਟ ਬਦਲ ਜਾਂਦਾ, ਉਹ ਕਿਤੇ ਨਾ ਕਿਤੇ ਚੋਰ ਹੈ, ਅਤੇ ਮੇਰੇ ਖਿਆਲ ਨਾਲ ਇਹਨਾਂ ਨੂੰ ਹੋਰ ਸਿਰ ਜੋੜ ਕੇ ਬਹਿਣ ਦੀ ਲੋੜ ਹੈ ਜੀ। ਉਹਦੇ ਵਿੱਚੋਂ ਚੋਰ ਮੋਰੀਆਂ ਨੇ ਫਿਰ ਆਖਣਗੇ ਇਹ ਜੀ ਦੁਕਾਨਦਾਰ ਕਿ ਦੇਖ ਉੱਦਾਂ ਤੂੰ ਜੇ ਲਵੇਂ 1000 ਦਾ ਫਰੂਟ 100 ਦਾ ਡੱਬਾ ਜੀ ਜੀ, ਇਹਨਾਂ ਦੋਵਾਂ ਦਾ ਰਲਾ ਕੇ 62 ਰੁਪਈਏ ਪੈਣੇ ਆ, ਮੈਂ ਤੈਨੂੰ ਪੈਕ ਕਰਕੇ ਦੇਵਾਂ ਉਹਦੇ ਤੈਨੂੰ 198 ਦੇਣੇ ਪੈਣੇ ਆ, ਤੂੰ ਇੱਦਾਂ ਕਰ ਪੈਕ ਮੈਂ ਕਰ ਦਿੰਦਾ ਜੀ, ਅਤੇ ਮੈਂ ਲਿਖੂਗਾ ਨਹੀਂ ਕਿ ਪੈਕ ਕੀਤਾ ਕਿਰਾਇਆ, ਤੇਰੇ ਤੋਂ ਮੈਂ 50 ਅਤੇ 12-62 ਜਿਹੜੇ ਆ ਉਹ ਮੈਂ ਟੈਕਸ ਵਿੱਚ ਪਾ ਦੂੰ, ਅਤੇ ਜਿਹੜੇ ਤੇਰੇ ਬਚਣੇ ਆ 198 ਦੇ ਹਿਸਾਬ ਨਾਲ 136 ਉਹ ਆਪਾਂ ਅੱਧੋ ਅੱਧੀ ਕਰ ਦਈਏ, ਟੈਕਸ ਚੋਰੀ ਹੋ ਜਾਏਗੀ। ਉਸ ਟੈਕਸ ਚੋਰੀ ਦੇ ਵਿੱਚੋਂ ਕੁਝ ਦੁਕਾਨਦਾਰ ਅਤੇ ਕੁਝ ਉਹ 50-50 ਵੰਡਣਗੇ, ਸਰਕਾਰ ਨੂੰ ਨਹੀਂ ਜਾਵੇਗਾ, ਸਰਕਾਰ ਨੂੰ ਨਹੀਂ ਜਾਵੇ। ਸੋ ਆਪਾਂ ਲੋਕ ਤਾਂ ਅੱਗੇ ਬੜੇ ਸ਼ੇਰ ਹਾਂ ਜੀ, ਕੋਈ ਨਾ ਕੋਈ ਚੋਰ ਮੋਰੀਆਂ ਲੱਭਣ ਲਈ, ਸੋ ਇਹ ਚੋਰੀ ਮੋਰੀਆਂ ਮਾਰਨੀਆਂ। ਇੱਕ ਮੈਂ ਸਵਾਲ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ, ਮੈਂ ਚਾਹੁੰਦਾ ਸਮਾਂ ਵੀ ਅਜੇ ਹੈਗਾ। ਮਹਾਤਮਾ ਗਾਂਧੀ ਦੇ ਕਤਲ ਕੇਸ ਦੀ ਦੁਬਾਰਾ ਅਰਜ਼ੀ 'ਤੇ ਨੋਟਿਸ ਜਾਰੀ ਹੋਇਆ। ਹੁਣ ਇਸ ਕੇਸ ਦੇ ਵਿੱਚ ਕਈ ਪੱਖ ਪੇਸ਼ ਕੀਤੇ ਜਾ ਰਹੇ। ਹੁਣ 70 ਸਾਲਾਂ ਬਾਅਦ ਇਹ ਜਿਹੜਾ ਕੇਸ ਹੈ ਇਹਨੂੰ ਦੁਬਾਰਾ ਨਿਕਲਿਆ, ਇਹਦੇ ਬਾਰੇ ਵੀ ਜ਼ਰੂਰ ਦੱਸੋ। ਐਵੇਂ ਦੱਬੇ ਮੁਰਦੇ ਪੁੱਟਣ ਡਿਆ, ਉਹ 'ਚ ਕੁਛ ਨਹੀਂ ਲੱਭਣਾ। ਉਸ ਕੇਸ ਦੇ ਵਿੱਚ ਨਾਥੂ ਰਾਮ ਗੌਡਸੇ ਨੂੰ ਫਾਂਸੀ ਹੋਈ ਸੀ, ਆਪਟੇ ਨੂੰ ਹੋਈ ਸੀ ਜੀ। ਨਾਥੂ ਰਾਮ ਗੌਡਸੇ ਦੇ ਭਰਾ ਗੋਪਾਲ ਨੂੰ ਉਮਰ ਕੈਦ ਹੋਈ ਸੀ, 5 ਹੋਰਨਾਂ ਨੂੰ ਹੋਈ ਸੀ ਜੀ। ਇਹਨਾਂ ਸਾਰਿਆਂ ਨੂੰ ਸਜ਼ਾ ਹੋ ਗਈ। ਮਹਾਤਮਾ ਗਾਂਧੀ ਦੇ 2 ਪੁੱਤਰਾਂ ਨੇ ਅਪੀਲ ਕੀਤੀ ਸੀ ਕਿ ਮੌਤ ਦੀ ਸਜ਼ਾ ਛੱਡ ਦਿਓ, ਇਹਨਾਂ ਨੂੰ ਉੱਦਾਂ ਉਮਰ ਕੈਦ ਦੇ ਦਿਓ, ਅਸੀਂ ਨਹੀਂ ਚਾਹੁੰਦੇ ਫਾਂਸੀ ਹੋਵੇ ਜੀ। ਇਹਦੇ ਬਾਵਜੂਦ ਉਸ ਵਕਤ 3 ਵੱਡੇ ਲੀਡਰ ਜਿਹੜੇ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਹੈਗੇ ਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੱਕ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ, ਤੀਸਰੇ ਗਵਰਨਰ ਜਨਰਲ ਸਨ ਰਾਜ ਗੋਪਾਲਾਚਾਰੀ। ਉਹਨਾਂ ਤਿੰਨਾਂ ਨੇ ਇੱਕੋ ਰਾਏ ਸੀ ਕਿ ਛੱਡਣੇ ਨਹੀਂ, ਫਾਂਸੀ ਜ਼ਰੂਰ ਲਾ ਦੇਣੇ। ਹੁਣ ਅਜੀਬ ਗੱਲ ਆ, ਜਿਹੜੇ ਲੋਕ ਇਹ ਕਹਿੰਦੇ ਆ ਕਿ ਨਾਥੂ ਰਾਮ ਗੌਡਸੇ ਨੂੰ ਫਾਂਸੀ ਲਾਇਆ ਗਿਆ ਅਤੇ ਗਲਤ ਕੀਤਾ ਗਿਆ, ਉਹ ਹੀ ਆਖੀ ਜਾਂਦੇ ਆ ਕਿ ਸਰਦਾਰ ਪਟੇਲ ਨਾਲ ਦਾ ਬੰਦਾ ਹੀ ਕੋਈ ਨਹੀਂ ਸੀ, ਅਤੇ ਫਿਰ ਤੁਹਾਡੇ ਸਰਦਾਰ ਪਟੇਲ ਨੇ ਅਤੇ ਨਾਥੂ ਰਾਮ ਗੌਡਸੇ ਨੂੰ ਫਾਂਸੀ ਲਾਇਆ ਸੀ, ਫਿਰ ਸਰਦਾਰ ਪਟੇਲ ਨੇ ਗਲਤੀ ਕੀਤੀ ਹੋਊ। ਮਹਾਤਮਾ ਗਾਂਧੀ ਦੇ ਪੁੱਤਰਾਂ ਨੇ ਕਹਿ ਦਿੱਤਾ ਸੀ ਛੱਡ ਦਿਓ, ਫਾਂਸੀ ਨਾ ਲਓ ਜੀ, ਅਤੇ ਜੇ ਫਿਰ ਵੀ ਉਹਨੂੰ ਫਾਂਸੀ ਲਾਇਆ ਸੀ ਸਰਦਾਰ ਪਟੇਲ ਵੀ, ਜਾਂ ਤਾਂ ਤੁਸੀਂ ਮੰਨੋ ਕਿ ਸਰਦਾਰ ਪਟੇਲ ਨੇ ਗਲਤ ਕੀਤਾ ਸੀ। ਹੁਣ ਜਦੋਂ ਇੰਨੇ ਚਿਰ ਬਾਅਦ ਕੋਈ ਮੁਰਦਾ ਪੁੱਟਿਆ ਜਾਂਦਾ, ਕੋਈ ਇਹੋ ਜਿਹਾ ਪੁਰਾਣਾ ਮੁੱਦਾ ਚੁੱਕ ਕੇ ਗੱਲ ਕੀਤੀ ਜਾਂਦੀ ਹੈ, ਉਹਦੇ ਵਿੱਚ ਗੁਰਪ੍ਰੀਤ ਇਹ ਹੁੰਦਾ ਕਿ ਉਸ ਵਕਤ ਖੰਭਾਂ ਦੀਆਂ ਡਾਰਾਂ ਬਣੀਆਂ ਹੁੰਦੀਆਂ। ਇੱਥੇ ਅਸੀਂ ਬੜੀ ਵਾਰ ਵੇਖਿਆ ਕਿਤੇ 2 ਬੰਦੇ ਮਰੇ ਹੋਣ, ਅਫਵਾਹਾਂ ਫੈਲਦੀਆਂ, ਉੱਥੇ ਦੇ ਬੰਦੇ ਹੀ ਬੰਦੇ ਮਰ ਗਏ ਜੀ। ਕੋਈ ਕਹਿੰਦਾ 5-7 ਤਾਂ ਮਰ ਗਏ ਹੋਣੇ, ਦੂਜਾ ਕਹਿੰਦਾ ਨਹੀਂ 5-7, ਉਹ ਫਿਰ ਕਹਿੰਦਾ ਨਹੀਂ 12 ਹੀ ਮਰੇ ਹੋਣੇ, 5-7-12 ਬਣ ਜਾਂਦੇ। ਕਈਆਂ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਇਹੋ ਜਿਹੀਆਂ ਕਹਾਣੀਆਂ ਪਾਈਆਂ ਹੁੰਦੀਆਂ ਕਿ ਉਹਨਾਂ ਸਾਰੀਆਂ ਕਹਾਣੀਆਂ ਨੂੰ ਅਸੀਂ ਸਬੂਤ ਮੰਨ ਲਾਂਗੇ ਜੀ। ਕਹੀ ਜਾਂਦੇ ਆ ਜੀ ਉੱਥੇ ਅਮਰੀਕਾ ਦੀ ਖੁਫੀਆ ਸਰਵਿਸ ਦਾ ਇੱਕ ਅਧਿਕਾਰੀ ਜਿਹੜਾ ਅਮਰੀਕੀ ਐਮਬੈਸੀ ਦੇ ਵਿੱਚ ਸੀ, ਇੱਥੇ ਦੂਤਘਰ ਦੇ ਵਿੱਚ, ਉਹਨੇ ਆਪਣੀ ਸਰਕਾਰ ਨੂੰ ਇੱਕ ਰਿਪੋਰਟ ਭੇਜੀ ਕਿ ਮੈਂ ਉਦੋਂ ਇੰਨੇ ਕੁ ਫਾਸਲੇ 'ਤੇ ਸਾਂ ਜੀ। ਉਹ ਰਿਪੋਰਟ ਇੰਨੇ ਚਿਰ ਬਾਅਦ ਕਿੱਥੋਂ ਨਿਕਲੇ? ਹੁਣ ਜਿਹੜੀ ਉਹ ਰਿਪੋਰਟ ਕੱਢੀ ਜਾ ਰਹੀ ਹੈ, ਇਹਦੇ 'ਤੇ ਜੋ ਸੁਪਰੀਮ ਕੋਰਟ 'ਚ ਕੇਸ ਗਿਆ, ਸੁਪਰੀਮ ਕੋਰਟ ਨੇ ਕਿਹਾ ਜੀ ਇਹਦੀ ਬਹੁਤ ਪੜਤਾਲ ਹੋ ਚੁੱਕੀ ਹੈ, ਇਹਦੇ ਉੱਤੇ ਅਸੀਂ ਨਵੇਂ ਸਿਰਿਓਂ ਹੁਣ ਕੋਈ ਹੋਰ ਪੜਤਾਲ ਨਹੀਂ ਕਰਨੀ ਚਾਹੁੰਦੇ, ਬੇਲੋੜੇ ਵਿਵਾਦ ਛਿੜਨਗੇ। ਅਤੇ ਉਸ ਬੰਦੇ ਨੇ ਜਿਹਨੇ ਸ਼ਿਕਾਇਤ ਕੀਤੀ ਆ, ਉਹ ਕਹਿੰਦਾ ਜੀ ਮੈਨੂੰ ਵਕਤ ਦਿਓ, ਮੈਂ ਹੋਰ ਸਬੂਤ ਇਕੱਠੇ ਕਰ ਲੂੰ। ਹੁਣ ਜਿਹੜੀ ਵਕਤਾਂ ਦੀ ਕਹਾਣੀ ਆ, ਮੈਂ ਗੁਰਪ੍ਰੀਤ ਇੱਕ ਗੱਲ ਦੱਸਣੀ ਚਾਹੁੰਦਾ ਕਿ 1984 'ਚ ਇੰਦਰਾ ਗਾਂਧੀ ਮਾਰੀ ਗਈ। ਕਿਹਨੇ ਮਾਰੀ? ਸਾਨੂੰ ਪੰਜਾਬ ਵਾਲਿਆਂ ਨੂੰ ਤਾਂ ਪਤਾ ਹੀ ਹੈ ਨਾ ਕਿਹਨੇ ਮਾਰੀ। ਉਹਦੇ ਤੋਂ 2 ਮਹੀਨੇ ਬਾਅਦ
गुजरात दे विच एक वकील ने केस कर दिता हाई कोर्ट च कि इंदिरा गांधी का कतल नहीं होया, उन्हें असल च खुदकशी की है ता कि मेरा पुत्र मेरे थां दे उत्ते प्रधानमंत्री बन सके, लोगों नूं उहदी हमदर्दी मिल जाए। 1984 च ओह केस चलता रहा, उदों तों चलता पिया जी। 2014 च मई विच जा के ते प्रधानमंत्री बन जाते नरेंद्र मोदी साहब, उदों 2 महीने बाद जुलाई 2014 दे विच ओह केस खत्म हो जाता, वह बंदा केस अपना वापस ले लैंदा जी। 1984 तो लैके 30,000 तक फजूल ही केस चलता गया कि इंदिरा गांधी का कतल तो होया ही नहीं, उन्हें खुदकशी की है ता कि मेरा पुत्र प्रधानमंत्री बन जाए। 30 साल चलिया जी, 30 साल चलिया। इदा दिया कहानियां का कोई मतलब रह जाता हूँ। एहोजियां कहानियां घड़ के तो आखा जाए महात्मा गांधी का केस दोबारा पुटिया जाए तो फोड़िया जाए, वो जो पुटिया जाना तो फिर तो बहुत सारे पुटे जाने हैं जी जी। उदा माइट इज़ राइट जिसके हाथ से सरकार की बागडोर हो, जो पुटन तो ही आए तो फिर तो भावें तांतिया टोपे तो टीपू सुल्तान के केस भी पुट लवे, मुड़ के जो पुटन तो ही आना तो फिर राणी झांसी तक भी चले जाना चाहिए। असी गाई जाने खूब लड़ी मरदानी सी वो झांसी वाली राणी थी, सो वो अंग्रेजों के खिलाफ लड़ी सी, पर वही अंग्रेजों के खिलाफ लड़ी, अंग्रेज तो खिलाफ लड़े नहीं। अंग्रेजों की खातर साढ़े वह जो झांसी के बिल्कुल नाल लगता बहुत वड्डा राज परिवार से जी, हुण मैं उहदा नाम जानबूझ के नहीं लै रहा, उस राज परिवार की फौज अंग्रेजों वल्लों राणी झांसी के खिलाफ लड़ती रही, तो वह राज परिवार अज भी राज परिवार है। उन्हां चों एक जी किसी राज का मुख्यमंत्री बन जाता, दूसरा राज केंद्र का मंत्री बन जाता, दोवें अड्ड अड्ड पार्टियां च जी, एक बीजेपी च एक कांग्रेस पार्टी च, तो राज तो जां बीजेपी का रहना जां कांग्रेस का रहना। भूआ बीजेपी वालों मुख्यमंत्री बन जाए, भतीजा कांग्रेस वालों मंत्री बन जाए, दोवां पार्टियां दे विच यानी दो वड्डियां दुकानां जिहड़ियां सियासत दीआं दोवां दे विच अपनी अपनी चवानी पत्ती रखी चलो, ते राणी झांसी दे परिवार नूं की दित्ता गया, फिर उहदा केस वी पुट लैणा चाहीदा, कढ़ना चाहिए। राणी झांसी का परिवार अज कित्थे आ? सो जो कुछ भी इतों आप अंदाजा ला सकते हैं कि भी जो इतिहास के इस वक्त दबिया होया जिन्हों फरोलन बह गए तो वह तारा बहुत दूर तक जानियाँ, तो वह खेतों दीर वाला ही हाल आ, लीर बड़ी रंग बिरंगी निकलिया। एक सवाल वार बार किसानों संबंधित आता जी, अजकल अखबारों के भी बहुत चर्चा है पराली की जी लड़ाई है एक तरह न कि किसान जथेबंदियां किसान भी हूँ तो सरकार आमो सामने आ गई, रौला दे NGT का यानी कि नैशनल ग्रीन ट्रिब्यूनल का, ये सारे कुछ का हल हों नज़र नहीं आ रहा, तुसीं इहनू किदां देखदे हो कि कित्थे गड़बड़ कित्थे? जिहड़ियां NGT ने सीधां दित्तियां जी कि किसान पराली ना साड़न, वो सीधा ठीक है जी। साढ़े इत्थे समाज में प्रदूषण बहुत है, कट्टे मिट्टी का भी पानी प्रदूषण है, सब्जियां प्रदूषण है, दवाइया च दुध च प्रदूषण है, हवा माड़ी मोटी बची सी उस भी इस धुएं का करके फैल रहा जी। जे नैशनल ग्रीन ट्रिब्यूनल ये गल कहिंदा कि ना साड़ो तो नहीं साड़नी चाहिए, किसानों नूं कुछ किसानों दी जथेबंदियां दे लीडर उकसाउंदे आ कि तुसीं जिद करके साड़ो, जदों चलाण हुंदे आ ते किसानों दे इंडिविजुअल हुंदे जथेबंदियां नहीं आउंदियां। बिल्कुल, अगे एक वारी पंजाब दी पावर सप्लाई कारपोरेशन पावरकॉम ने यह आख्या सी कि सारयां दे मीटर घरां तों बाहर लाउणे आ जी, ते किसानों दीआं कुछ जथेबंदियां ने आख्या सानूं चोर समझदे आ असीं बाहर लगन नहीं देणे, असीं मीटर तोड़ देंगे, जिन्हां ने मीटर तोड़ दित्ते उन्हां ते केस बन गया। एक भी किसान लीडर ते केस नहीं बनिया, जिनी बार धरना लगता जे पुलिस गोली चलावे तो भी, जे धरने पर बैठा अक के खुदकशी कर ले तो भी, कोई ना कोई किसान मरता, किसान लीडर कोई नहीं मरता। ये किसान लीडर यह समझना चाहिए कि अज नहीं कल सही, पराली तो कणक का नाड़ साड़न तो किसी ना किसी सरकार ने रोकना ही है, तो तुहानू रोकना पैना, ये तुहाडा भी भला जमीन का भी भला। जमीन के कई किस्म के कीड़े होंगे, कुछ फसल का नुकसान करते, कुछ फसल के मित्र कीड़े होंगे, जदों अग लगती मित्र कीड़े भी नाल सड़दे, इन्हों सड़न तो रोकना चाहिए जी, ये नहीं किया जा रहा। अच्छा, अगली गल है कि जिहड़े किसान फसल इस वे नाड़ साड़दे आ वो कहिंदे सानूं दूसरां दी कोई चिंता नहीं, उन्हां नूं ये चिंता करनी चाहिए कि कल नूं इसे प्रदूषण वाले माहौल तुहाडे अपने बच्चियां भी रहना, इस पक्षों चंगी गल। पर मैं एक गल दूसरी भी कहनी चाहुंदा, किसानां दे दुआले नैशनल ग्रीन ट्रिब्यूनल हो गया जी, जिदन श्री 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 रविशंकर ने दिल्ली दे विच जमुना किनारे एडा वड्डा समागम कराया, पहला पता लग गया कि वह प्रदूषण फैला रहा उत्थे,
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਰੋਕ ਨਹੀਂ ਸਕਿਆ। ਇਹਨੇ ਜਿੰਨੀ ਵਾਰ ਰੋਕਿਆ ਸੁਪਰੀਮ ਕੋਰਟ ਚਲੇ ਗਏ। ਉਹਦੇ ਸਮਾਗਮ ਦੇ ਵਿੱਚ ਰਾਸ਼ਟਰਪਤੀ ਨੇ ਆਉਣਾ ਸੀ ਅਤੇ ਪ੍ਰਧਾਨ ਮੰਤਰੀ ਨੇ ਆਉਣਾ ਸੀ। ਰਾਸ਼ਟਰਪਤੀ ਨੇ ਕਹਿਤਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਉਲੰਘਣਾ ਕਰਕੇ ਤੁਸੀਂ ਸਮਾਗਮ ਕਰ ਰਹੇ ਹਾਂ ਅਤੇ ਪ੍ਰਦੂਸ਼ਣ ਫੈਲਾ ਰਹੇ, ਮੈਂ ਨਹੀਂ ਆਉਣਾ ਜੀ। ਪ੍ਰਧਾਨ ਮੰਤਰੀ ਉੱਥੇ ਪਹੁੰਚ ਗਿਆ। ਜਦੋਂ ਪ੍ਰਧਾਨ ਮੰਤਰੀ ਨੇ ਉੱਥੇ ਪਹੁੰਚਣਾ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਲਾਗੂ ਕਰਨ ਵਾਲੇ ਅਫਸਰ ਲਾਗੂ ਕਿੱਦਾਂ ਕਰ ਸਕਦੇ ਆ? ਪ੍ਰਧਾਨ ਮੰਤਰੀ ਤਾਂ ਆਪ ਜਾ ਕੇ ਸ਼ਹਿ ਦੇ ਰਿਹਾ ਕਿ ਤੂੰ ਫੈਲਾ ਲਾ ਗੰਦ, ਕੋਈ ਨਹੀਂ ਗਾ, ਬਾਅਦ 2 ਅਕਤੂਬਰ ਨੂੰ ਝਾੜੂ ਫੜ ਕੇ ਮੈਂ ਨਿਕਲਣਾ, ਉਦੋਂ ਲੋਕਾਂ ਨੂੰ ਆਖੂੰਗਾ ਸਾਫ਼ ਕਰ ਦੇਣ। ਔਰ 3 ਦਿਨ ਉਸ ਕੰਮ ਵਾਸਤੇ ਫੌਜ ਦੀਆਂ ਟੁਕੜੀਆਂ ਲਾਈਆਂ ਗਈਆਂ ਕਿ ਸਾਧ ਨੇ ਸਮਾਗਮ ਕਰਾਉਣਾ ਅਤੇ ਤੁਸੀਂ ਨਾਲ ਲੱਗੋ। ਫੌਜ ਬਾਰਡਰਾਂ 'ਤੇ ਲੜਨ ਵਾਸਤੇ ਹੁੰਦੀ ਹੈ, ਕਿਸੇ ਥਾਂ 'ਤੇ ਦੰਗਾ ਫਸਾਦ ਹੋ ਜਾਵੇ ਫੌਜ ਉਹਦੇ ਵਾਸਤੇ ਹੁੰਦੀ ਹੈ, ਕਿਸੇ ਥਾਂ 'ਤੇ ਹੜ੍ਹ ਆ ਜਾਣ ਉਹਦੇ ਵਾਸਤੇ ਫੌਜ ਨੂੰ ਵਰਤਿਆ ਜਾਂਦਾ। ਫੌਜ ਜਿਹੜੀ ਹੈ ਨਾ ਦੇਸ਼ ਦੀ ਐਮਰਜੈਂਸੀ ਦੀ ਹਾਲਤ ਵਿੱਚ ਵਰਤਣ ਵਾਸਤੇ ਹੁੰਦੀ ਹੈ, ਇੱਕ ਸਾਧ ਦੇ ਸਮਾਗਮ ਵਾਸਤੇ ਨਹੀਂ ਹੋ ਸਕਦੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅੱਜ ਤੱਕ ਇਹ ਨਹੀਂ ਪੁੱਛ ਸਕਿਆ ਕਿ ਉਹਦਾ ਸਮਾਗਮ ਕਰਾਉਣ ਵਾਸਤੇ ਫੌਜ ਕਿਉਂ ਵਰਤੀ ਗਈ ਜੀ। ਕਿਸਾਨਾਂ ਨੂੰ ਮੈਂ ਫਿਰ ਕਹੂੰਗਾ ਕਿ ਤੁਸੀਂ ਫਸਲਾਂ ਫਸਲਾਂ ਨਾ ਸਾੜੋ, ਆਪਣਾ ਭਲਾ ਇਸ ਗੱਲ 'ਚ ਆ, ਔਖੇ ਹੋ ਲਓ, 2 ਦਿਨ ਉਹ ਤਵੀਆਂ ਫੇਰ ਲਓ, ਉਹਨੂੰ ਵੱਖਰੇ ਤੌਰ 'ਤੇ ਵਾਹ ਵਾਹ ਕੇ 2 ਵਾਰੀ ਵਾਹੁਣਾ ਪਵੇ ਠੀਕ ਕਰ ਲਓ, ਪਰ ਇਹ ਤੁਹਾਡੇ ਭਲੇ 'ਚ ਆ, ਤੁਹਾਡੀਆਂ ਅਗਲੀਆਂ ਪੀੜ੍ਹੀਆਂ ਭਲੇ 'ਚ। ਪਰ ਇਹਦਾ ਮਤਲਬ ਇਹ ਨਹੀਂ ਕਿ ਗ੍ਰੀਨ ਟ੍ਰਿਬਿਊਨਲ ਜੋ ਕੁਝ ਕਰਦਾ ਪਿਆ ਸਾਰਾ ਠੀਕ ਕਰਦਾ ਪਿਆ। ਗ੍ਰੀਨ ਟ੍ਰਿਬਿਊਨਲ ਉਦੋਂ ਲਾਇਆ ਜੁਰਮਾਨਾ, ਅੱਜ ਤੱਕ ਰਵੀਸ਼ੰਕਰ ਤੋਂ ਨਹੀਂ ਲੈ ਸਕਿਆ, ਪਹਿਲਾਂ ਉੱਥੋਂ ਤਾਂ ਲੈ ਲੈਣ। ਇਹਦਾ ਮਤਲਬ ਸਮਰੱਥ ਕੋ ਨਹੀਂ, ਦੋਸਤ ਗੁਸਾਈ ਜਿਹਦੇ ਕੋਲ ਤਾਕਤ ਹੈਗੀ ਹੈ, ਜਿਹਦੀ ਪਿੱਠ 'ਤੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹਦੀ ਚਾਰੇ ਚੱਕ ਜਗੀਰ ਆ ਅਤੇ ਉਹਨੂੰ ਸਤ ਕੌਣ ਮਾਫ ਆ? ਇਹ ਨਹੀਂ ਹੋਣਾ ਚਾਹੀਦਾ। ਸੋ ਕਿਤੇ ਨਾ ਕਿਤੇ ਬਹੁਤ ਵੱਡਾ ਸੰਦੇਸ਼ ਹੈ ਜੀ। ਮੈਂ ਵੀ ਬੇਨਤੀ ਕਰੂੰਗਾ ਕਿ ਠੀਕ ਆ, ਆਪਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਲੱਗ ਅਲੱਗ ਥਾਵਾਂ 'ਤੇ ਸਪੀਕਰਾਂ ਦੇ ਜ਼ਰੀਏ ਅਨਾਊਂਸ ਕਰਦੇ ਕਿ ਅਸੀਂ ਤੁਹਾਡੇ ਨਾਲ ਖੜਾਂਗੇ, ਸਰਕਾਰਾਂ ਨਾਲ ਭਿੜ ਜਾਂਗੇ, ਤੁਸੀਂ ਅੱਗ ਲਾਓ। ਉੱਥੇ ਥੋੜ੍ਹਾ ਜਿਹਾ ਡਰਾਮੇ ਦੀ ਲੋੜ ਆ, ਆਪਾਂ ਨੂੰ ਉਸ ਚੀਜ਼ ਨੂੰ ਸਮਝਣ ਦੀ, ਦੇਖਣ ਦੀ ਲੋੜ ਹੈ, ਕਿਉਂਕਿ ਉਸ ਮੌਕੇ ਦੇ ਉੱਪਰ ਉਹਨਾਂ ਨੇ ਵੀ ਤੁਹਾਡੇ ਨਾਲ ਨਹੀਂ ਖੜਨਾ ਅਤੇ ਇਹ ਜੋ ਆਪਾਂ ਕਰ ਰਹੇ ਹਾਂ ਨੁਕਸਾਨ ਇਹਦਾ ਆਪਾਂ ਨੂੰ ਹੀ ਆ। ਹਾਂ, ਇਹ ਦੋਸ਼ ਹੈ NGD ਦੇ ਉੱਪਰ ਵੀ, ਸਰਕਾਰਾਂ ਦੇ ਉੱਪਰ ਵੀ, ਪਰ ਇਹ ਜੋ ਕੁਛ ਵੀ ਵਰਤਾਰਾ ਹੈ ਇਹਦੇ ਲਈ ਆਪਾਂ ਇਨਸਾਫ ਇਸ ਤਰ੍ਹਾਂ ਨਹੀਂ ਲੈ ਸਕਦੇ ਕਿ ਹਾਂਜੀ ਜੇ ਫਲਾਨੇ ਬੰਦੇ ਨੂੰ ਨਹੀਂ ਰੋਕਿਆ ਜਾ ਰਿਹਾ ਤਾਂ ਸਾਨੂੰ ਕਿਉਂ ਰੋਕਿਆ ਜਾ ਰਿਹਾ? ਠੀਕ ਆ, ਆਪਾਂ ਆਪਣੀ ਥਾਂ ਦੇ ਉੱਪਰ ਸਹੀ ਕਰ ਦਈਏ, ਫਿਰ ਆਪਾਂ ਇਹ ਗੱਲ ਕਹਿਣ ਦੇ ਹੱਕਦਾਰ ਬਣਦੇ ਹਾਂ ਕਿ ਹੁਣ ਅਸੀਂ ਰੋਕ ਗਏ ਹਾਂ ਅਤੇ ਹੁਣ ਫਲਾਨੇ ਨੂੰ ਵੀ ਰੋਕਿਆ ਜਾਵੇ, ਕਿਉਂ ਬਣ ਸਕਦਾ? ਮੇਰੇ ਖਿਆਲ ਨਾਲ ਜ਼ਿਆਦਾ ਬੈਟਰ ਹੋਊਗਾ। ਅਤੇ ਹੁਣ ਆਖਰੀ ਸਵਾਲ ਇੱਕ ਰਹਿ ਗਿਆ ਸੀਗਾ, ਮੈਂ ਚਾਹੁੰਦਾ ਉਹ ਜਾਂਦੇ ਜਾਂਦੇ ਆਪਾਂ ਉਹਦਾ ਜ਼ਿਕਰ ਜ਼ਰੂਰ ਕਰੀਏ। ਅਕਾਲ ਤਖ਼ਤ ਸਾਹਿਬ ਨਾਲ ਰਿਲੇਟਡ ਸੀਗੇ ਜਿਹਦੇ ਵਿੱਚ ਮਨਪ੍ਰੀਤ ਬਾਦਲ ਦੇ ਕਾਕੇ ਅਤੇ ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਦੁਬਾਰਾ ਤਲਬ ਕੀਤਾ ਗਿਆ ਸੀਗਾ। ਮੇਰਾ ਖਿਆਲ ਮਨਪ੍ਰੀਤ ਬਾਦਲ ਦਾ ਕਾਕਾ ਤਾਂ ਚੁੱਪ ਪਾਸੇ ਰਹਿ ਜਾਣਾ ਜੀ, ਕਿਉਂਕਿ ਅਕਾਲ ਤਖ਼ਤ ਨੇ ਅੱਜ ਤੱਕ ਕਦੇ ਕਿਸੇ ਪਤਿਤ ਨੂੰ ਜਿਹੜਾ ਸਿਰ ਮੁੰਦਾ ਹੋਵੇ ਜੀ, ਦਾੜੀ ਮੁੰਦਾ ਨੂੰ ਸਜ਼ਾ ਨਹੀਂ ਲਾਈ ਜੀ। ਇਹ ਇਹਨਾਂ ਦੇ ਵਿਧਾਨ 'ਚ ਹੀ ਨਹੀਂ। ਪਿਛਲੀ ਵਾਰੀ ਸੱਚੇ ਸੌਦੇ ਵਾਲੇ ਕੇਸ ਵਿੱਚ ਕੁਝ ਲੋਕ ਇਹੋ ਜਿਹੇ ਚਲੇ ਗਏ ਸੀ ਜਿਹੜੇ ਸਿੱਖ ਪਰਿਵਾਰਾਂ 'ਚੋਂ ਸਨ, ਸਿਰ ਦੇ ਵਾਲ ਕਟਾਏ ਸੀ, ਦਾੜੀ ਮੁੱਛਾਂ ਕਟਾਈਆਂ ਸੀ, ਉਹਨਾਂ ਨੂੰ ਤਨਖਾਹ ਨਹੀਂ ਲਾਈ ਗਈ। ਉੱਦਾਂ ਕਿਹਾ ਗਿਆ ਕਿ ਮਨ ਦੀ ਸ਼ੁੱਧੀ ਵਾਸਤੇ ਆਹ ਸੇਵਾ ਤੁਸੀਂ ਕਰ ਲਓ, ਕਿਉਂਕਿ ਅਕਾਲ ਤਖ਼ਤ ਤੋਂ ਤਨਖਾਹ ਜਿਹਨੂੰ ਇਹ ਪਤਿਤ ਸਿੱਖ ਕਹਿੰਦੇ ਆ ਉਹਨੂੰ ਲਾ ਨਹੀਂ ਸਕਦੇ ਜੀ। ਅਤੇ ਅਰਜਨ ਬਾਦਲ ਉੱਥੇ ਨਾ ਜਾਵੇ ਤਾਂ ਕੀ ਕਰਨਗੇ? ਉਹਨੂੰ ਸਿੱਖ 'ਚੋਂ ਕੱਢ ਦੇਣਗੇ? ਇਹਨਾਂ ਦੀ ਗਿਣਤੀ ਵਿੱਚ ਤਾਂ ਪਹਿਲਾਂ ਸਿੱਖ ਨਹੀਂ ਪਤਿਤ ਸਿੱਖ ਆ ਜੀ, ਇਹ ਉਹਨੂੰ ਕੀ ਕਰਨਗੇ? ਕੁਛ ਨਹੀਂ ਕਰ ਸਕਦੇ। ਬੀਬੀ ਭੱਠਲ ਵਾਲਾ ਕੇਸ ਬਣਦਾ, ਉਹਦੇ ਖਿਲਾਫ਼ ਜੇ ਸਖ਼ਤੀ ਕਰਦੇ ਆ ਜਾਣ ਤਾਂ ਨੁਕਸਾਨ ਕਰ ਸਕਦੇ ਆ ਜੀ, ਪਰ ਮੇਰਾ ਖਿਆਲ ਬੀਬੀ ਭੱਠਲ ਦੇ ਖਿਲਾਫ਼ ਅਕਾਲ ਤਖ਼ਤ ਨੇ ਬਹੁਤੀ ਸਖ਼ਤੀ ਨਹੀਂ ਵਰਤਣੀ। ਅੱਛਾ ਜੀ, ਬੀਬੀ ਭੱਠਲ ਕੋਈ ਲਿਹਾਜ਼ ਕਰੇ ਜਾਂ ਨਾ ਕਰੇ, ਬਾਦਲ ਸਾਹਿਬ ਬੀਬੀ ਭੱਠਲ ਦੇ ਵੱਲ ਥੋੜ੍ਹਾ ਬਹੁਤ ਸਿਆਸੀ ਪੱਖ ਤੋਂ ਲਿਹਾਜ਼ਦਾਰੀ ਕਰਦੇ ਰਹੇ। ਪਹਿਲਾਂ ਕਿਸੇ ਵਕਤ ਬੀਬੀ ਭੱਠਲ ਦੇ ਬਹੁਤ ਖਿਲਾਫ਼ ਸੀ ਜੀ, ਸਾਨੂੰ ਇਹ ਯਾਦ ਹੈ ਕਿ 1996 ਦੇ ਵਿੱਚ ਜਦੋਂ ਬੀਬੀ ਭੱਠਲ ਮੁੱਖ ਮੰਤਰੀ ਹੁੰਦੀ ਸੀ ਅਤੇ ਲੁਧਿਆਣੇ ਰੈਲੀ ਕੀਤੀ, ਅਟਲ ਬਿਹਾਰੀ ਵਾਜਪੇਈ ਆਇਆ ਸੀ ਅਤੇ ਬਾਦਲ ਉਦੋਂ ਮੁੱਖ ਮੰਤਰੀ ਬਣਨ ਦੀ ਤਿਆਰੀ 'ਚ ਸੀ ਅਤੇ ਲੁਧਿਆਣੇ ਦੀ ਰੈਲੀ 'ਚ ਬਾਦਲ ਨੇ ਬੀਬੀ ਭੱਠਲ ਬਾਰੇ ਇਹ ਆਖਿਆ ਸੀ, ਐਵੇਂ ਇੱਦਾਂ ਕਰਦੀ ਜਿਵੇਂ ਗਾਂ ਵਾਂਗੂ ਭੂਤਰੀ ਹੁੰਦੀ ਹੈ, ਆਹ ਲਫ਼ਜ਼ ਵਰਤੇ ਸੀ ਇਹਨੇ। ਅੱਛਾ ਜੀ, ਬਾਅਦ ਵਿੱਚ ਜਦੋਂ ਇਹਦੀ ਸਰਕਾਰ ਬਣ ਗਈ ਬਾਦਲ ਦੇ, ਇਹਨੇ ਬੀਬੀ ਭੱਠਲ ਦੇ ਉੱਤੇ ਕੇਸ ਬਣਾਇਆ ਸੀ ਕਿ ਇਹਨੇ ਆਪਣੀ ਸਰਕਾਰ ਦੇ ਦੌਰਾਨ ਡਿਸਕ੍ਰੀਸ਼ਨਰੀ ਫੰਡ ਜਿਹੜੇ ਆ ਉਹਨਾਂ ਦੀ ਦੁਰਵਰਤੋਂ ਕੀਤੀ ਹੈ। ਫਿਰ ਬਾਦਲ ਦੀ ਸਰਕਾਰ ਚਲੀ ਗਈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਅਮਰਿੰਦਰ ਸਿੰਘ ਨਾਲ ਵੀ ਬੀਬੀ ਭੱਠਲ ਦੀ ਬਣਦੀ ਨਹੀਂ ਸੀ, ਉਹ ਕੇਸ ਕਿਸੇ ਪਾਸੇ ਨਹੀਂ ਲੱਗਾ। ਅਤੇ ਜਦੋਂ ਬਾਦਲ ਦੀ ਦੁਬਾਰਾ ਸਰਕਾਰ ਬਣੀ 2007 ਵਿੱਚ, ਉਹਨੇ ਕਾਂਗਰਸ ਪਾਰਟੀ ਵਿੱਚ ਅਮਰਿੰਦਰ ਸਿੰਘ ਦੇ ਵਿਰੋਧ ਦੀ ਧਿਰ ਕਾਇਮ ਰੱਖਣ ਦੀ ਖਾਤਰ ਸਿਆਸੀ ਪੱਖ ਤੋਂ ਲਿਹਾਜ਼ ਕਰਨ ਲਈ ਬੀਬੀ ਭੱਠਲ ਦਾ ਕੇਸ ਕਮਜ਼ੋਰ ਵੀ ਕਰਾਤਾ ਸੀ। ਜਦੋਂ ਅਦਾਲਤ ਤੋਂ ਖਾਰਜ ਹੋ ਗਿਆ ਅਤੇ ਉੱਪਰ ਅਪੀਲ ਵੀ ਨਹੀਂ ਸੀ ਕੀਤੀ, ਬਾਦਲ ਸਾਹਿਬ ਆਪਣੀ ਲੋੜ ਵਾਸਤੇ ਬੀਬੀ ਭੱਠਲ ਵੱਲ ਲਿਹਾਜ਼ ਵੀ ਵਰਤ ਸਕਦੇ ਆ, ਪਰ ਬੀਬੀ ਭੱਠਲ ਵਾਲੇ ਪਾਸਿਓਂ ਮੈਂ ਨਹੀਂ ਕਹਿੰਦਾ ਕਿ ਉਹ ਲਿਹਾਜ਼ ਵਰਤੇ ਗਏ ਜਾਂ ਨਹੀਂ।
अकाल तख्त ने जो कोई सज़ा भी देनी हुई तो यह नहीं समझना चाहिए कि अकाल तख्त अपने तौर पर फैसले करता हूँ तो जो अकाल तख्त तो फैसले करने वाले ही कहिंदे आ उन्हां पंजां चों एक ने कहता कि सानू चंडीगढ़ सद के आख्या गया सी सच्चे सौदे वाले नूं माफ़ कर दिओ तो फिर तो साफ ही हर कोई कही जांदा कि अकाल तख्त के फैसले अजकल अगे चंडीगढ़ों आते हूँ बादल पिंड तो आते हो सो इतों आप अंदाजा ला सकते हैं भी सियासत जीडिया ने कर दी उदा बीबी भट्टल के कोल एक राह है गा। अच्छा जी वो भी दस दौ मैं दस दूँ बीबी भट्टल चाहिए कि अज ही बैठ जाए श्रोमणी गुरद्वारा प्रबंधक कमेटी की रहत मर्यादा पढ़ लो। अच्छा जी उस रहत मर्यादा च कि लिखिया ही नहीं कि किसी सिख न अकाल तख्त से सद के कोई सज़ा दी जाऊ लिखा कि जे कोई भुल हो जाए तो नेड़ली गुरसंगत में जाके अपनी भुल मान लो तो हाजिर संगत विचों पांच प्यारे बैठ के फैसला करन कि तो गलती हुई है तो की सज़ा देनी है। अच्छा इहदा मतलब यह है कि बीबी भट्टल लहरे गागे दे विच भावें लहरे के गुरद्वारे चल जाए भावें गागे वाले चल जाए उत्थे जाके कह दे मैनू सच्चे सौदे नहीं जाना चाहिए मेरे तो भुल हुई है तो उत्थे आप पांच जने बैठ के फैसला कर देन कि बीबी जी ने भुल मान ली है तो ठीक है इन्नी थोड़ी बहुत सेवा ला दो रहत मर्यादा जे कहीं लिखिया ही नहीं कि उन्होंने अमृतसर आने की लड़ है लो आह भी एक हल मेरा ख्याल है भी इतों पता लग गया कहना जे कहीं सोचा सो लगा सियाना होंगे ना जी जी अकाल तख्त तक फैसला जान नहीं दिता अपने पिंड पांच बंदे इकट्ठे करके कहना जी नहीं फिर उन्होंने पांच बंदे वाले भी लोगों ने देना हूँ आखिरी आखिरी दो मिनट रह गए बनो साहब के सवाल बहुत आ रहे थे गुरदासपुर जिमनी चोण के हुण हालात की लगते तुहानूं ते बाजी कौन मारन दे सार लगते असी अजे तक मतलब जो कुछ वेख्या वो चाहिए कि कांग्रेस बच के चल रही है जी बीजेपी के उत्ते दोष बहुत लगे आम आदमी पार्टी के बंदे टुटे आ जी पर टुटन के बावजूद आम आदमी पार्टी ने कवर किया जिन्ना नुकसान अकालियां ते भाजपा का होया नुकसान असल चों आम आदमी पार्टी ने गेन किया मेरा ख्याल है कि वह पहला थोड़ा जहा उपर उठ रही है इन्हों चो जितने वाला कौन है वह तो मैं नहीं कहना पिंड च चोरी हुई सी थानेदार ने अद्धा पिंड कुट दिता तो अमली जाके कहिंदा कानू लोगों को कुटी जाना तू इहो लभणा ना चोर कौन आ मैं दसदा दस पर जाके कहिंदा ये चोरी किसी चोर का काम ही। अच्छा इस तरह यही कह सकते हैं क्या पार्टी आ कर दिया कर दी पर असल कहानी यही है जितना उन्होंने ही है जिन्होंने गुरदासपुर के लोग ज्यादा वोट पा देंगे तो इस वक्त आप भी नहीं कुछ भी कह सकते मनु साहब तुम समा कटिया जी थोड़ा बहुत बहुत धन्यवाद बहुत मेहरबानी जी इस दे नाल ही आपां हुण इस प्रोग्राम प्राइम फोकस नूं इत्थे समाप्त करदे हां जी पर असीं वार वार बेनती करते रहने हैं कि तुसीं साडे प्रोग्रामां नूं इन्ना ज़्यादा प्यार दिंदे हो पर एक छोटा जिहा काम तुसीं जरूर कर लिया करो यूट्यूब दे उपर जिहड़ा साडा चैनल है उहनूं सबसक्राइब दा बटन जरूर प्रेस कर लिया करो उहदे नाल की हुंदा है कि जिहड़े भी साडे प्रोग्राम ने असीं जदों जदों भी अपडेट करदे हां तुहानूं उहदे नाल नोटिफिकेशन पहुँच जाता है तुसीं उहनूं मिस नहीं करदे सो यूट्यूब दे उपर सबसक्राइब दा बटन जरूर तुसीं प्रेस करना इह बेनती है ते बाकी हुण प्राइम एशिया टीवी नूं प्यार करन लई तुहाडा बहुत धन्नवाद असीं कोशिश कर रहे हैं कि जिहड़े जिहड़े प्रोग्राम जिस तरह चर्चावां तुसीं चाहुंदे हो असीं आप जी दे सन्मुख रख सकीए प्राइम एशिया टीवी नूं प्यार देने लई तुहाडा सब दा बहुत बहुत धन्नवाद जी देखते रहो प्राइम एशिया टीवी तुहाडा अपना तुहाडे लई। आप सब दा प्राइम एशिया टीवी नूं अथाह प्यार देण लई तहे दिलों धन्नवाद साडे अगले प्रोग्रामां दीआं अपडेट्स लई यूट्यूब ते सबसक्राइब दा बटन जरूर दबाओ ते साडे फेसबुक पेज नूं लाइक करना भी ना भुलना प्राइम एशिया टीवी तुहाडा अपना तुहाडे लई।